ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਆਪਾਂ ਸਾਰੇ ਅੱਜ ਇੱਥੇ ਦਰਿਆਈ ਪਾਣੀ ਆ ਤੇ ਦੂਜੇ ਪਾਣੀਆਂ ਬਾਰੇ ਇਕੱਤਰਤ ਹੋਏ ਆ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਤੇ ਗੁਰਬਾਣੀ ਸਭ ਤੋਂ ਸਾਨੂੰ ਸੇਧ ਮਿਲਦੀ ਆ ਕਿ ਪਾਣੀ ਪਿਤਾ ਦੇ ਸਮਾਨ ਜਦੋਂ ਅਸੀਂ ਕਿਸੇ ਚੀਜ਼ ਨੂੰ ਪਿਤਾ ਕਹਿੰਦੇ ਆ ਕਿਸੇ ਨੂੰ ਪਿਤਾ ਦਾ ਰੂਪ ਮੰਨਦੇ ਆ ਤਾਂ ਪਿਤਾ ਤੋਂ ਸਾਨੂੰ ਸਾਡੀ ਪਛਾਣ ਮਿਲਦੀ ਆ ਪਿਤਾ ਤੋਂ ਹੀ ਸਾਨੂੰ ਸਾਡੀ ਆਰਥਿਕਤਾ ਮਿਲਦੀ ਆ ਤੇ ਪਿਤਾ ਤੋਂ ਹੀ ਸਾਡੇ ਸਮਾਜ ਵਿੱਚ ਸਾਨੂੰ ਸਿਕਿਉਰਿਟੀ ਮਿਲਦੀ ਆ ਜਾਂ ਇਹ ਕਹ ਲਓ ਸੁਰੱਖਿਆ ਮਿਲਦੀ ਰਹੀ ਆ ਜਦੋਂ ਅਸੀਂ ਪਾਣੀ ਨੂੰ ਇਹ ਕਹਿੰਦੇ ਆ ਕਿ ਸਾਡੇ ਪਿਤਾ ਦੀ ਪਿਤਾ ਸਮਾਨ ਆ ਤਾਂ ਉਹ ਸਾਡੇ ਦੇਸ਼ ਪੰਜਾਬ ਦੇ ਨਾਂ ਤੋਂ ਵੀ ਪਤਾ ਲੱਗਦਾ ਹੈ ਕਿ ਵੀ ਉਹ ਨਾਮ ਵੀ ਜਿਹੜਾ ਇਸ ਖਿੱਤੇ ਦਾ ਹੈ ਉਹ ਪਾਣੀ ਤੇ ਆਧਾਰਿਤ ਹੈ ਕਿ ਸਾਡੀ ਪਛਾਣ ਵੀ ਪਾਣੀ ਦੇ ਪਾਣੀ ਚੋਂ ਹੀ ਨਿਕਲਦੀ ਆ ਜਾਂ ਉਹਨਾਂ ਦਰਿਆਈ ਪਾਣੀਆਂ ਚੋਂ ਹੀ ਨਿਕਲਦੀ ਆ ਇਹ ਇਕੱਲੀ ਸਾਡੀ ਗੱਲ ਨਹੀਂ ਦੁਨੀਆ ਦੀਆਂ ਸਾਰੀਆਂ ਸਭਿਤਾਵਾਂ ਚਾਹੇ ਮਿਸਰ ਦੀ ਸਭਿਤਾ ਸੀ ਚਾਹੇ ਮੈਸੋਪੋਟਾਮੀਆ ਦੀ ਸਭਿਤਾ ਚਾਹੇ ਚੀਨ ਦੀ ਸਭਿਤਾ ਉਹ ਸਾਰੀਆਂ ਦਰਿਆਈ ਸਭਿਤਾਵਾਂ ਸੀ ਜਿਨ੍ਹਾਂ ਨੂੰ ਅਸੀਂ ਰਿਵਰ ਵੈਲੀ ਸਿਵਲਾਈਜੇਸ਼ਨਸ ਕਹਿੰਦੇ ਰਹੇ ਹਾਂ ਤੇ ਹਮੇਸ਼ਾ ਹੀ ਜਿਹੜੀਆਂ ਇਨਸਾਨੀ ਇਨਸਾਨ ਜਦੋਂ ਹੰਟਰ ਤੋਂ ਜਾਂ ਸ਼ਿਕਾਰ ਵਾਲੀ ਆਬਦੀ ਉਸ ਸਵਸਥਾ ਤੋਂ ਐਗਰੀਕਲਚਰ ਮੋਡ 'ਚ ਆਇਆ ਤਾਂ ਉਹ ਇਹਨਾਂ ਦਰਿਆਵਾਂ ਦੇ ਆਸ-ਪਾਸ ਹੀ ਵਸਣਾ ਸ਼ੁਰੂ ਹੋਇਆ ਤੇ ਦਰਿਆਵਾਂ ਦੇ ਆਸ-ਪਾਸ ਹੀ ਉਹਨੂੰ ਆਬਦੀ ਇੱਕ ਸਟੇਬਲ ਸਮਾਜ ਮਿਲਿਆ ਜਾਂ ਇੱਕ ਸਟੇਬਲ ਸੁਸਾਇਟੀ ਮਿਲੀ ਜਿਹੜੀ ਜਿਹਦਾ ਅੱਜ ਅਸੀਂ ਰੂਪ ਵੇਖ ਰਹੇ ਹਾਂ ਜਦੋਂ ਵੀ ਇਹ ਸੁਸਾਇਟੀ ਡਿਸਟਰਬ ਹੋਊਗੀ ਜਦੋਂ ਵੀ ਇਹ ਸੁਸਾਇਟੀ ਹਿਲਜੁਲ ਹੋਊਗੀ ਇੱਥੇ ਤਾਂ ਆਪਾਂ ਟੋਟਲੀ ਖਿਲਰ ਜਾਾਂਗੇ ਜਾਂ ਇਹ ਸਮਝ ਲਓ ਕਿ ਸਾਡਾ ਜਿਵੇਂ ਜਦੋਂ ਕਿਸੇ ਬੱਚੇ ਦਾ ਪਿਤਾ ਨਹੀਂ ਰਹਿੰਦਾ ਤਾਂ ਉਹ ਅਨਾਥ ਹੋ ਜਾਂਦਾ ਤਾਂ ਉਹ ਆਪਦੀ ਪਛਾਣ ਵੀ ਖੋ ਲੈਂਦਾ ਆਪਦੀ ਆਰਥਿਕਤਾ ਵੀ ਉਹਦੀ ਗੁੰਮ ਜਾਂਦੀ ਹੈ ਤੇ ਉਹਦੀ ਸੁਰੱਖਿਆ ਵੀ ਖਤਮ ਹੋ ਜਾਂਦੀ ਹੈ ਸਮਾਜ ਦੇ ਵਿੱਚ ਤਾਂ तकरीबन ਪਾਣੀ ਦੇ ਨਾਲ ਪਾਣੀ ਜਦੋਂ ਅਸੀਂ ਗਵਾ ਬੈਠਾਂਗੇ ਜਾਂ ਪਾਣੀ ਨੂੰ ਅਸੀਂ ਆਪਦੇ ਹੱਥੋਂ ਨਿਕਲ ਜੂਗਾ ਸਾਡੇ ਤਾਂ ਸਾਡੇ ਨਾਲ ਵੀ ਆਈ ਹੋਊਗਾ ਮੋٹے ਤੌਰ ਤੇ ਪੰਜਾਬ ਦੇ ਵਿੱਚ ਪਾਣੀ ਨਾਲ ਤਿੰਨ ਵਰਤਾਰੇ ਵਾਪਰ ਰਹੇ ਆ ਇੱਕ ਤਾਂ ਅਸੀਂ ਉਹਨੂੰ ਪਲੀਤ ਕਰ ਰਹੇ ਆ ਦੂਜਾ ਅਸੀਂ ਇਹਦਾ ਦੁਰਯੋਗ ਕਰ ਰਹੇ ਆ ਤੇ ਤੀਜਾ ਇਹਦੀ ਲੁੱਟ ਹੋ ਰਹੀ ਆ ਬਹੁਤ ਵੱਡੇ ਲੈਵਲ ਤੇ ਜਿਹੜਾ ਪਲੀਤ ਕਰ ਰਹੇ ਆ ਅਸੀਂ ਪਾਣੀ ਨੂੰ ਪਲੀਤ ਕਰਨਾ ਜਾਂ ਨਾ ਪਲੀਤ ਕਰਨਾ ਸਾਡੇ ਹੱਥ ਚਾ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਵੀ ਜੇ ਅਸੀਂ ਆਪ ਜਾਗਰੂਕ ਹੋ ਜਾਾਂਗੇ ਤਾਂ ਬਹੁਤ ਹੱਦ ਤੱਕ ਇਹਨੂੰ ਰੋਕਿਆ ਜਾ ਸਕਦਾ ਹੈ ਲੋਕਲ ਸਰਕਾਰਾਂ ਦੇ ਉੱਤੇ ਅਸੀਂ ਪ੍ਰੈਸ਼ਰ ਪਾ ਦਾਂਗੇ ਸੂਬੇ ਸਰਕਾਰਾਂ ਤੇ ਅਸੀਂ ਪ੍ਰੈਸ਼ਰ ਪਾ ਦਾਂਗੇ ਸਿਵਲ ਸੁਸਾਇਟੀ ਬਣ ਕੇ ਸਿਵਲ ਸੁਸਾਇਟੀ ਦੇ ਰੂਪ ਚ ਫੇਰ ਵੀ ਸਰਕਾਰਾਂ ਇਹਦੇ ਦੇ ਜਾਗਰੂਕ ਹੋ ਜਾਣਗੀਆਂ ਮੱਤੇ ਵਾਲੇ ਚ ਆਪਾਂ ਵੇਖਿਆ ਹੀ ਹੈ ਕਿ ਲੋਕਾਂ ਨੇ ਇਕੱਤਰ ਹੋ ਕੇ ਉਹ ਪ੍ਰੋਜੈਕਟ ਨਹੀਂ ਲੱਗਣ ਦਿੱਤਾ ਹੁਣ ਬਾਈ ਹਰੇ ਵੀ ਇੱਕ ਪ੍ਰੋਟੈਸਟ ਕਰ ਰਹੇ ਐ ਇੱਥੇ ਮਾਲਬਰੋਸ ਨਾਂ ਦੀ ਇੱਕ ਫੈਕਟਰੀ ਐ ਸ਼ਰਾਬ ਫੈਕਟਰੀ ਆ ਉਹਨੂੰ ਬੰਦ ਕਰਾਉਣ ਦੀ ਕਿਉਂਕਿ ਉਹ ਉਹ ਆਦਾ ਪਲੀਤੀਆ ਵਾ ਪਾਣੀ ਵਿੱਚ ਪਾ ਰਹੀ ਐ ਸੋ ਇਹ 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 ਤਾਂ ਸਿਵਲ ਸੋਸਾਇਟੀ ਦੀ ਪ੍ਰੋਬਲਮ ਆ ਸਾਡੀ ਜਾਗਰੂਕਤਾ ਦੀ ਪ੍ਰੋਬਲਮ ਆ ਅਸੀਂ ਬਹੁਤ ਹੱਦ ਤੱਕ ਪ੍ਰਦੂਸ਼ਣ ਨੂੰ ਰੋਕ ਸਕਦੇ ਹਾਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵੀ ਪ੍ਰੋਬਲਮ ਨੂੰ 0% ਤੇ ਤੁਸੀਂ ਲਿਆ ਸਕਦੇ ਹੋ ਬਟ ਲਾਰਜਲੀ ਉਹ ਮੈਨੇਜੇਬਲ ਪ੍ਰੋਬਲਮ ਆ 80 85% ਤੱਕ ਅਸੀਂ ਉਹਨੂੰ ਹੈਂਡਲ ਕਰ ਸਕਦੇ ਹਾਂ ਤੇ ਉਹਦੇ ਵਿੱਚ ਵੱਡਾ ਰੋਲ ਜਿਹੜਾ ਉਹ ਚੇਤਨਤਾ ਦਾ ਤੇ ਸਿਵਲ ਸੋਸਾਇਟੀ ਦਾ ਦੂਜਾ ਰੋਲ ਆ ਜਿੱਦੇ ਚ ਪਾਣੀ ਦੁਰਉਪਯੋਗ ਹੋ ਰਿਹਾ ਦੁਰਉਪਯੋਗ ਤੇ ਵੀ ਪਾਣੀ ਹੋ ਰਿਹਾ ਹੈ ਉਦੇ ਮੁੱਖ ਜਿਹੜੇ ਕਾਰਨ ਹੈਗੇ ਆ ਇੱਕ ਤਾਂ ਸਾਡਾ ਫਸਲੀ ਚੱਕਰ ਹੈਗਾ ਦੂਸਰਾ ਸਾਡਾ ਇੰਡਸਟਰੀ ਦੇ ਵਿੱਚ ਜਿਹੜਾ ਹੋ ਰਿਹਾ ਇਹ ਇੱਕ ਹੱਦ ਤੱਕ ਤਾਂ ਇਹ ਸਿਵਲ ਸੋਸਾਇਟੀ ਨੂੰ ਰੋਕ ਸਕਦੀ ਆ ਬਟ ਲਾਰਜਲੀ ਇਹ ਹਿੰਦੁਸਤਾਨ ਦੀ ਪੋਲੀਟੀਕਲ ਇਕਨੋਮੀ ਨਾਲ ਜੁੜੇ ਹੋਏ ਮਸਲੇ ਹੈਗੇ ਆ ਇਹਨਾਂ ਵਾਸਤੇ ਸਟਰਗਲ ਥੋੜੀ ਜੀ ਡਿਫਿਕਲਟ ਹੋਊਗੀ ਇੱਕ ਅਗਲਾ ਸਟੈਪ ਤੇ ਜਾਊਗੀ ਤੀਜਾ ਵੱਡਾ ਜਿਹੜਾ ਦਿੱਕਤ ਆ ਸਾਨੂੰ ਉਹ ਆ ਸਾਡੇ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਹੈ ਇਸ ਟਾਈਮ ਜਿਹੜਾ ਪਾਣੀ ਸਾਡਾ ਪੰਜਾਬ ਦੇਸ਼ ਪੰਜਾਬ ਦਾ ਪਾਣੀ ਆ ਜਾਂ ਇਸ ਰਿਵਰ ਵੈਲੀ ਦਾ ਪਾਣੀ ਆ ਇਸ ਬੇਸਨ ਦਾ ਪਾਣੀ ਆ ਉਹ ਪਾਣੀ ਜਿਹੜਾ ਨਾਨ ਬੇਸਨ ਏਰੀਆਸ ਚ ਜਾ ਰਿਹਾ ਹੈ ਹਨ ਉਹਨਾਂ ਇਲਾਕਿਆਂ ਜਾ ਰਿਹਾ ਜਿੱਥੇ ਜਿਨ੍ਹਾਂ ਦਾ ਉਹਨੇ ਤੇ ਹੱਕ ਨਹੀਂ ਤਾਂ ਉਹ ਜਿਹੜਾ ਮਸਲਾ ਉਹ ਲੜਿਆ ਜਾ ਸਕਦਾ ਹੈ ਲੀਗਲ ਤਰੀਕਿਆਂ ਨਾਲ ਪਰ ਅਸੀਂ ਇਹ ਵੇਖਿਆ ਕਿ ਉਹ ਲਾਰਜਲੀ ਇੱਕ ਪੋਲਿਟਿਕਲ ਲੜਾਈ ਹੈ ਇੱਕ ਰਾਜਨੀਤਿਕ ਲੜਾਈ ਹੈ ਇਹ ਲੜਾਈ ਕਿਉਂ ਬਣੀ ਜਾਂ ਇਹ ਪਾਣੀ ਕਿਉਂ ਹੋਇਆ ਆਪਾਂ ਥੋੜਾ ਜਿਹਾ ਦੇ ਇਤਿਹਾਸ ਚ ਜਾਵਾਂਗੇ ਤੇ ਮੈਂ ਇਸ ਮੁੱਦੇ ਤੇ ਗੱਲ ਕਰੂੰਗਾ ਤੁਹਾਡੇ ਨਾਲ ਤੇ ਦੂਸਰਾ ਇਹਦੇ ਗਾਂ ਸਾਡੇ ਕੋਲੇ ਕੀ ਤਰੀਕਾਕਾਰ ਆ ਕਿਉਂਕਿ ਕਿਸੇ ਵੀ ਚੀਜ਼ ਨੂੰ 100% ਹੈਂਡਲ ਕਰਨਾ ਬਹੁਤ ਡਿਫਿਕਲਟ ਹੈ ਕਿਉਂਕਿ ਅਸੀਂ ਸੋਵਰਨ ਨਹੀਂ ਹੁੰਦੇ ਜਾਂ ਤਾਕਤਵਰ ਨਹੀਂ ਹੁੰਦੇ ਤਾਂ ਅਸੀਂ ਉਹ ਬਿਲਕੁਲ ਹੈਂਡਲ ਨਹੀਂ ਕਰ ਸਕਦੇ ਸਾਡੇ ਤੇ ਹੋਰ ਫੋਰਸੇਜ਼ ਵੀ ਤੇ ਹੋਰ ਪਾਵਰਜ਼ ਵੀ ਐਕਟ ਕਰ ਰਹੀਆਂ ਹੁੰਦੀਆਂ ਤਾਂ ਇਹ ਜਿਹੜਾ ਇੰਡਸ ਵੈਲੀ ਹੈਗੀ ਆ ਜਿਹਨੂੰ ਸਿੰਧ ਘਾਟੀ ਕਹਿੰਦੇ ਆ ਜਿੱਦੇ ਤੋਂ ਅਸੀਂ ਪੰਜਾਬ ਦਾ ਨਾਮ ਬਣਿਆ ਉਹਦੇ ਮੁੱਖ ਤੌਰ ਤੇ ਤਕਰੀਬਨ ਉਹਦੇ ਮੁੱਖ ਤੌਰ ਤੇ 6 ਦਰਿਆ ਹੈਗੇ ਆ ਵੱਡੇ ਦਰਿਆ ਛੋਟੇ-ਛੋਟੇ ਰਿਵੂਲਟਸ ਵੀ ਬਹੁਤ ਆ ਔਰ ਐਕুইਫਰਸ ਵੀ ਬਹੁਤ ਹੈਗੇ ਆ ਚੋ ਬੜੇ ਹੈਗੇ ਆ ਬਟ ਮੋٹے ਤੌਰ ਤੇ ਛੇ ਦਰਿਆ ਜਿਨ੍ਹਾਂ ਚੋਂ ਇੱਕ ਸਿੰਧ ਦਰਿਆ ਜੇਲਮਾ ਚਨਾ ਫਿਰ ਰਾਵੀ ਆ ਫਿਰ ਸ ਆਪਣ ਬਿਆਸ ਆ ਤੇ ਸਤਲੁਜ ਆ ਇਹ ਇਹਨਾਂ ਨੂੰ ਮਿਲਾ ਕੇ ਇਹ ਸਖਿੱਤੇ ਨੂੰ ਮਿਲਾ ਕੇ ਆਪਾਂ ਪੰਜਾਬ ਕਹਿੰਨੇ ਆ ਜਦੋਂ ਆਪਾਂ ਸਤਲੁਜ ਤੋਂ ਕਗਰ ਤੱਕ ਜਾਂਦੇ ਆ ਤਾਂ ਉਹ ਇੱਕ ट्रांजिशन ਬੇਸ ਹੈਗੀ ਆ ਤੇ ਤਕਰੀਬਨ ਖਰੜ ਤੋਂ ਬਾਅਦ ਆਪਾਂ ਲੈ ਲੀਏ ਜਾਂ ਪਟਿਆਲੇ ਤੋਂ ਬਾਅਦ ਧਰਤੀ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਕਗਰ ਅ ਕਈ ਵਾਰੀ ਇਧਰ ਗੇਨ ਲਿਆ ਜਾਂਦਾ ਸੀ ਤੇ ਕਈ ਵਾਰੀ ਉਧਰ ਬਟ ਉਹਦੇ ਆਪਾਂ ਨੂੰ ਨੁਕਸਾਨ ਜ਼ਿਆਦਾ ਹੋਏ ਆ ਜਦੋਂ ਅਸੀਂ ਇਧਰ ਗੇਨਦੇ ਆ ਸਪੇਸ ਇੰਚ ਤੇ ਇਹ ਮੋٹے ਤੌਰ ਤੇ ਬੇਸਨ ਆ ਇਹਦੇ ਵਿੱਚੋਂ ਜਿਹੜਾ ਸਿੰਧ ਦਰਿਆ ਉਹ ਤਕਰੀਬਨ 90 ਮਿਲੀਅਨ ਏਕੜ ਫੁੱਟਦਾ 900 ਲੱਖ ਏਕੜ ਫੁੱਟਦਾ ਮਤਲਬ 900 ਲੱਖ ਏਕੜ ਨੂੰ ਉਹ ਪਾਣੀ ਜੇ ਆਪਾਂ ਫਲਾ ਦਈਏ ਤਾਂ ਇੱਕ ਫੁੱਟੋ ਚਾਈ ਤੱਕ ਆਪਾਂ ਉਹਨੂੰ ਭਰ ਸਕਦੇ ਆ ਲੋ 90 ਮਿਲੀਅਨ ਏਕੜ ਫੁੱਟ ਦਾ ਉੱਥੇ ਪਾਣੀ ਫਲੋ ਹੋਏਗਾ ਉਦੋਂ ਬਾਅਦ ਦੂਜਾ ਦਰਿਆ ਹੈਗਾ ਜੇਲਮ ਜਿਹੜਾ ਫੇਰ 23 ਮਿਲੀਅਨ ਏਕੜ ਫੁੱਟ ਦਾ ਹੈ ਫਿਰ ਚਨਾ ਹੈ ਜਿਹੜਾ ਉਹ ਵੀ 23 ਮਿਲੀਅਨ ਏਕੜ ਫੁੱਟ ਦਾ ਹੈ ਤੇ ਉਦੋਂ ਬਾਅਦ ਜਿਹੜਾ ਅਗਲਾ ਦਰਿਆ ਹੈ ਰਾਵੀ ਉਹ ਸਿਰਫ 6.5 ਮਿਲੀਅਨ ਏਕੜ ਫੁੱਟ ਦਾ ਹੈ ਉਦੋਂ ਬਾਅਦ ਅਗਲਾ ਦਰਿਆ ਆ ਜਾਂਦਾ ਬਿਆਸ ਉਹ ਤਕਰੀਬਨ 12.5 ਮਿਲੀਅਨ ਏਕੜ ਫੁੱਟ ਦਾ ਹੈ ਤੇ ਸਤਲੁਜ ਆ ਫੇਰ ਉਹ 12-13 ਮਿਲੀਅਨ ਏਕੜ ਫੁੱਟ ਦਾ ਹੈ ਇਹ ਮੋٹے ਮੋٹے ਜਿਹੇ ਅੰਦਾਜ਼ੇ ਆ ਇਹ ਫਲੋਸ ਵੱਧਦੇ ਘਟਦੇ ਰਹਿੰਦੇ ਆ ਏ ਫਲੋ ਹਗਾ ਆਉਣ ਵਾਲੇ ਸਮੇਂ 'ਚ ਕੁਝ ਸਾਇੰਸਦਾਨਾਂ ਦਾ ਇਹ ਕਹਿਣਾ ਹੈ ਕਿ ਇਹ ਵਧਣਗੇ ਕੁਝ ਸਾਇੰਸਦਾਨਾਂ ਦਾ ਇਹ ਕਹਿਣਾ ਹੈ ਕਿ ਘਟਣਗੇ ਬਟ ਇਹ ਹਲੇ ਤੱਕ ਕਿਸੇ ਕੋਲੇ ਕੋਈ ਪੁਖਤਾ ਗੱਲਾਂ ਹੈ ਨਹੀਂ ਕਿ ਕਿਵੇਂ ਹੋਣਗੇ ਕੋਈ ਕਹਿੰਦਾ ਗਲੋਬਲ ਵਾਰਮਿੰਗ ਨਾਲ ਗਲੇਸ਼ੀਅਰਸ ਵੱਧ ਪਿਗਲਣਗੇ ਜਿਆਦਾ ਹੋਊਗਾ ਕੋਈ ਕਹਿੰਦਾ ਰੇਨਫਾਲਸ ਘਟ ਜਾਣਗੀਆਂ ਤਾਂ ਟ੍ਰਿਬਿਊਟਰੀਜ਼ 'ਚ ਪਾਣੀ ਘਟ ਜੂਗਾ ਸੋ ਇਹ ਆਪਾਂ ਨੂੰ ਸਮੇਂ ਨਾਲ ਹੀ ਪਤਾ ਲੱਗੂਗਾ ਕਿਉਂਕਿ ਹੋਇਆ ਕਿ ਮੌਸਮ ਇੱਕ ਬਹੁਤ ਹੀ ਵੇਰੀਏਬਲ ਚੀਜ਼ ਹੈ ਨੂੰ ਕੰਟਰੋਲ ਕਰਨਾ ਜਾਂ ਸਮਝਣਾ ਹਲੇ ਤੱਕ ਕੁਦਰਤ ਨੂੰ ਆਪਣੇ ਸਾਇੰਸਦਾਨਾਂ ਦੇ ਪੂਰੀ ਸਮਝ ਹੈ ਨਹੀਂ ਇਸ ਸਬਜੈਕਟ ਮੋਟਾ-ਮੋ ਹੁਣ ਆਪਾਂ ਜੇ ਇਹਨੂੰ ਦੇਖੀਏ ਤਾਂ ਕੀ ਹੋਇਆ ਕਿ ਵੀ ਮੁਗਲਾਂ ਦੇ ਸਮੇਂ ਤੋਂ ਇਹ ਦਰਿਆਵਾਂ ਦੇ ਵਿਧਿਆਸੇ ਪਾਸੇ ਖੇਤੀ ਹੁੰਦੀ ਸੀ ਤੇ ਇਹ ਦਰਿਆ ਇੰਨੇ ਸਾਫ਼ ਤੇ ਇੰਨੇ ਸੋਹਣੇ ਸੀ ਕਿ ਇੱਥੇ ਹਰ ਤਰ੍ਹਾਂ ਦੀ ਸਪੀਸੀਜ਼ ਪਾਈ ਜਾਂਦੀ ਸੀ ਜਦੋਂ ਬਾਬਰ ਇੱਥੇ ਆਇਆ ਤਾਂ ਉਹ ਆਪਣੇ ਬਾਬਰ ਨਾਮੇ 'ਚ ਲਿਖਦਾ ਹੈ ਕਿ ਵੀ ਇੱਥੇ ਦਰਿਆਈ ਕੋੜੇ ਜਿਨ੍ਹਾਂ ਨੂੰ ਅਸੀਂ ਰਾਇਨੋਸਰਸ ਕਹਿੰਦੇ ਆ ਉਹ ਮਿਲਦੇ ਸੀ ਮਡ ਡਾਲਫਿਨਸ ਮਿਲਦੀਆਂ ਸੀਗੀਆਂ ਹੋਰ ਤਰ੍ਹਾਂ-ਤਰ੍ਹਾਂ ਦੇ ਪੰਛੀਆਂ ਪਰਿੰਦਿਆਂ ਦੇ ਨਾਮ ਲਿਖਦਾ ਹੈ ਉਤੋਂ ਬਾਅਦ 1550 ਚ ਇੱਕ ਤੁਰਕੀ ਦਾ ਐਡਮਿਰਲ ਆਇਆ ਤੁਰਕਿਸ਼ ਤੁਰਕਿਸ਼ ਜਨਰਲ ਉਸਮਾਨੀਆ ਕਿੰਗਡਮ ਦਾ ਜਾਂ ਸਾਮਰਾਜ ਦਾ ਉਹਨੇ ਸਮੁੰਦਰੀ ਰਾਹ ਨਾਲ ਹੀ ਉਹ ਆਇਆ ਤੇ ਉਹ ਸਮੁੰਦਰੀ ਬੇੜੇ ਦੇ ਵਿੱਚ ਹੀ ਉਹ ਸਿੰਧ ਦਰਿਆ ਤੋਂ ਉੱਤੇ ਆਇਆ ਤੇ ਤਕਰੀਬ ਉਹਨਾਂ ਨੇ ਸਾਰੇ ਦਰਿਆ ਪਾਰ ਕੀਤੇ ਆ ਮਤਲਬ ਕਿ ਤੁਸੀਂ ਸੋਚੋ ਕਿ ਉੱਤੇ ਤੱਕ ਤੁਸੀਂ ਸਤਲੁਜ ਵੀ ਨੈਵੀਗੇਬਲ ਦੱਸਦੇ ਆ ਅੰਗਰੇਜ਼ ਵੀ ਦੱਸਦੇ ਕਿ ਨੈਵੀਗੇਬਲ ਨੈਵੀਗੇਬਲ ਤੋਂ ਮਤਲਬ ਹੁੰਦਾ ਕਿ ਇਹਦੇ ਚ ਸਮੁੰਦਰੀ ਛੋਟੇ ਬੇੜੇ ਚੱਲ ਸਕਦੇ ਜਿਵੇਂ ਕੋਈ ਬ੍ਰह्मਪੁੱਤਰ ਰਲ ਗਿਆ ਹੋਵੇ ਤੁਸੀਂ ਵੇਖਿਆ ਹੋਵੇ ਬ੍ਰह्मਪੁੱਤਰ ਚ ਨਿੱਕੇ ਨਿੱਕੇ ਬੇੜੇ ਚੱਲਦੇ ਤੇ ਉਹਦੇ ਨਾਲ ਸਮਾਨ ਦਾ ਆਦਾਨ ਪ੍ਰਦਾਨ ਵਪਾਰ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਤੇ ਉਹ ਉਹ ਹੁੰਦਾ ਸੀ ਇੱਥੇ ਤੇ ਉਹ ਵੀ ਲਿਖਦਾ ਕਿ ਇੱਥੇ ਬਹੁਤ ਤਰ੍ਹਾਂ ਦੀਆਂ ਸਪੀਸੀਜ਼ ਪਾਣੀ ਬਹੁਤ ਸਾਫ਼ ਸੁਥਰਾ ਹੈ ਪਾਣੀ ਪੀਤਾ ਜਾ ਸਕਦਾ ਹੈ ਤੇ ਇਹਨਾਂ ਬਾਰੇ ਗੱਲਾਂ ਕਰਦਾ ਪਰ ਜਿਵੇਂ ਸਮਾਂ ਬੀਤਿਆ ਆਪਾਂ ਅੱਜ ਕਿੱਥੇ ਖੜੇ ਹਾਂ ਆਪਾਂ ਨੂੰ ਪਤਾ ਹੀ ਆ ਪਰ ਉਸ ਸਮੇਂ ਮੁਗਲਾਂ ਵੇਲੇ ਇੱਥੇ ਸਿਰਫ ਇੰਡੈਂਟੇਸ਼ਨ ਕਨਾਲਸ ਹੁੰਦੀਆਂ ਸੀ ਇੰਡੈਂਟੇਸ਼ਨ ਕਨਾਲਸ ਤੋਂ ਮਤਲਬ ਹੁੰਦਾ ਜਦੋਂ ਫਲੱਡ ਆ ਜਾਂਦੇ ਸੀ ਉਦੋਂ ਹੀ ਉਹ ਕਨਾਲਸ ਦੀਆਂ ਉੱਥੇ ਪਾਣੀ ਖਿੱਚਦੀਆਂ ਸੀਗੀਆਂ ਖੇਤੀ ਵੀ ਜਿਹੜੀ ਹੁੰਦੀ ਸੀ ਲਾਰਜਲੀ ਉਹ ਇਹਨਾਂ ਦਰਿਆਵਾਂ ਦੇ ਆਸ-ਪਾਸ ਹੁੰਦੀ ਸੀ ਦਰਿਆ ਐਨੇ ਸੰਕੀਰਣ ਨਹੀਂ ਐਨੇ ਘੁਟੇਵੇਂ ਨਹੀਂ ਹੁੰਦੇ ਸੀ ਉਹਨਾਂ ਦੇ ਸ਼ਰੇ ਬਹੁਤ ਦੂਰ-ਦੂਰ ਤੱਕ ਫੈਲੇ ਹੁੰਦੇ ਸੀ ਸ਼ਰਾ ਜਾਂ ਰਾਹ ਕਹਿ ਲੋ ਜਾਂ ਉਹਦੀ ਰੀਕਾ ਕਹਿ ਲੋ ਉਹ ਬਹੁਤ ਫੈਲਿਆ ਹੁੰਦਾ ਸੀ ਜਿਵੇਂ ਰੋਪੜ ਦਰਿਆ ਕਰਾਲੀ ਤੋਂ ਲੈ ਕੇ ਸਮਝ ਲੋ ਬਲਾਚੌਰ ਤੇ ਵਿਚਾਲੇ ਫੈ ਜਦੋਂ ਪਲੇਨਸ ਦੇ ਵਿੱਚ ਆ ਜਾਂਦਾ ਹੁੰਦਾ ਸੀ ਹੇਠਾਂ ਤਾਂ ਹੋਰ ਵੀ ਫੈਲ ਜਾਂਦਾ ਸੀ ਤਾਂ ਜਦੋਂ ਮੀਂਹ ਆਲਾ ਮੀਂਹ ਜਿਆਦਾ ਪੈਂਦਾ ਸੀ ਦਰਿਆ ਚ ਪਾਣੀ ਜਿਆਦਾ ਹੁੰਦਾ ਸੀ ਤਾਂ ਉੱਥੇ ਗਿੱਲ ਆ ਜਾਂਦੀ ਸੀ ਉਹ ਗਿੱਲ ਨੂੰ ਸੰਭਾਲ ਲੈਂਦੇ ਸੀ ਪੁਰਾਣੇ ਆਪਣੇ ਜ਼ਿਮੀਦਾਰਾ ਤੁਸੀਂ ਹੁਣ ਵੀ ਰਾਈਆਂ ਦੀ ਖੇਤੀ ਕਦੀ ਵੇਖੀ ਹੋਵੇ ਤਾਂ ਉਹ ਉਹਨ ਮਲਚਿੰਗ ਕਹਿੰਦੇ ਆ ਜਾਂ ਕੁਝ ਕਹਿੰਦੇ ਉਹ ਸੰਭਾਲ ਲੈਂਦੇ ਆ ਗਿੱਲ ਨੂੰ ਤਾਂ ਉਹ ਗਿੱਲ ਨੂੰ ਸੰਭਾਲ ਕੇ ਉਹ ਖੇਤੀ ਹੁੰਦੀ ਸੀ ਤੇ ਇਸ ਤਰੀਕੇ ਦੀ ਖੇਤੀ ਨਹੀਂ ਸੀ ਜਿਵੇਂ ਆਪਾਂ ਹੁਣ ਵੇਖੀ ਆ ਉਸ ਤੋਂ ਬਾਅਦ ਇੱਥੇ ਸਮਾਂ ਪਲਟਿਆ ਮਿਸਲ ਕਾਲ ਆਇਆ ਆਪਣਾ ਸਿੱਖ ਰਾਜ ਆਇਆ ਸਿੱਖ ਰਾਜ ਤੋਂ ਬਾਅਦ ਇੱਥੇ ਅੰਗਰੇਜ਼ ਆ ਗਿਆ ਅੰਗਰੇਜ਼ ਦਾ ਜਿਹੜਾ ਟੀਚਾ ਸੀ ਇਹ ਨਹਿਰਾਂ ਤਾਂ ਮੁਗਲਾਂ ਨੇ ਵੀ ਇੱਕ ਦੋ ਕੱਡੀਆਂ ਸੀ ਪਰ ਮੁਗਲਾਂ ਦਾ ਜਿਹੜੀਆਂ ਨਹਿਰਾਂ ਕੱਟਣ ਦਾ ਮਕਸਦ ਸੀ ਸਿਰਫ ਇਹ ਸੀਗਾ ਕਿ ਵੀ ਲਾਹੌਰ ਰਾਵੀ ਤੋਂ ਲਾਹੌਰ ਨੂੰ ਸ਼ਾਲੀਮਾਰ ਗਾਰਡਨ ਨੂੰ ਜਿਵੇਂ ਉਹਨਾਂ ਨੇ ਪਾਣੀ ਦੇਣਾ ਸੀ ਉਹ ਦੁਵਾਦੋ ਨਾ ਕੋਈ ਟੀਚਰ ਨਹੀਂ ਸੀ ਹਾਂ ਰਸਤੇ ਚੋਂ ਦੇ ਨਾਲ ਕੋਈ ਖੇਤੀ ਹੋ ਜੇ ਤਾਂ ਉਹ ਅਲੱਗ ਗੱਲ ਆ ਪਰ ਜਦੋਂ ਅੰਗਰੇਜ਼ ਆਇਆ ਤਾਂ ਉਹ ਵਪਾਰੀ ਆਇਆ ਉਹ ਇੱਕ ਪੂੰਜੀਵਾਦੀ ਮੁਲਕ ਸੀ ਉਹਨੂੰ ਰੌ ਮਟੀਰੀਅਲ ਦੀ ਲੋੜ ਸੀ ਤੇ ਉਹਨੇ ਸਭ ਤੋਂ ਪਹਿਲਾਂ 1858 ਦੇ ਵਿੱਚ ਇੱਕ ਨਹਿਰ ਕੱਢੀ ਤੇ ਉਹਦੇ ਆਸ-ਪਾਸੇ ਖੇਤੀ ਸ਼ੁਰੂ ਹੋਈ ਪਰ ਮੁੱਖ ਜਿਹੜੀਆਂ ਉਹਨਾਂ ਨੇ ਨਹਿਰਾਂ ਕੱਢਣੀਆਂ ਸ਼ੁਰੂ ਕੀਤੀਆਂ ਆਪਦੀਆਂ ਜਿਹੜਾ ਉਹਨਾਂ ਨੇ ਕਨਾਲ ਕਨਾਲਸ ਡਿਵੈਲਪ ਕਰਨੀਆਂ ਸ਼ੁਰੂ ਕੀਤੀਆਂ ਉਹ 1870 ਤੋਂ ਬਾਅਦ ਸੀ ਉਹਦਾ ਇੱਕ ਕਾਰਨ ਸੀ ਬਹੁਤ ਵੱਡਾ ਕੀ ਅਮਰੀਕਾ ਦੇ ਵਿੱਚ ਸਿਵਲ ਵਾਰ ਲੱਗੀ ਸੀ ਇੰਗਲੈਂਡ ਦੀਆਂ ਮਿਲਾਂ ਨੂੰ ਕਾਟਨ ਦੀ ਲੋੜ ਸੀਗੀ ਉਹਨੂੰ ਉੱਥੋਂ ਨਰਮੇ ਦੀ ਲੋੜ ਸੀ ਤੇ ਜਿਹੜੀਆਂ ਢੋਡੀਆਂ ਬਿਸਤ ਹੁੰਦੀ ਹੈ ਜਿਹਨੂੰ ਅਸੀਂ ਮੈਂ ਟਾਈਮੀਆਂ ਕਹਿੰਦੇ ਆ ਦੋ ਦਰਿਆਵਾਂ ਦੇ ਵਿਚਾਲੜੀ ਧਰਤੀ ਹੈ ਜਿਵੇਂ ਆਪਣਾ ਬਿਸਤ ਦਵਾਵਾ ਦੋਆਬਾ ਜਿਹਨੂੰ ਆਪਾਂ ਕਹਿੰਦੇ ਦੋ ਧਰਤੀ ਹੈ ਵਿਚਾਲੇ ਉੱਥੇ ਬੈਸਟ ਕਾਟਨ ਫੀਲਡਸ ਉਹਨਾਂ ਦੇ ਬਣ ਸਕਦੇ ਸੀ ਉਹਨਾਂ ਨੇ ਸਰਵਿਸ ਕੀਤੇ ਤੇ ਉਹਨਾਂ ਨੇ ਉੱਥੇ ਨਹਿਰਾਂ ਖੇਡੀਆਂ ਅੱਜ ਅਸੀਂ ਉਹਨੂੰ ਬਹੁਤ ਮਾਣ ਨਾਲ ਕਹਿੰਨੇ ਆ ਕਿਉਂਕਿ ਸਾਡੇ ਲੋਕ ਉੱਥੇ ਬਹੁਤ ਜਾ ਕੇ ਵਸੇ ਅਸੀਂ ਉਹਨਾਂ ਨੂੰ ਆਬਾਦ ਵੀ ਕੀਤਾ ਪਰ ਉਹ ਕਿਸੇ ਇੱਕ ਲੋਕਾਂ ਵਾਸਤੇ ਟਰੋਮਾ ਵੀ ਸੀ ਉਹਨਾਂ ਵਾਸਤੇ ਜ਼ੁਲਮ ਵੀ ਸੀ ਜਿਹੜੇ ਉੱਥੋਂ ਦੇ ਐਕਚੁਅਲੀ ਜੰਗਲੀ ਲੋਕ ਰਹਿੰਦੇ ਸੀ ਮੁਸਲਮਾਨ ਰਹਿੰਦੇ ਸੀਗੇ ਟ੍ਰਾਈਬਸ ਸੀਗੀਆਂ ਉਹ ਆਪਦੀ ਮਤਲਬ ਆਪਦੇ ਜੜ੍ਹਾਂ ਨੂੰ ਭੇਡਾਂ ਨੂੰ ਬੱਕਰੀਆਂ ਨੂੰ ਚਾਰਦੇ ਸੀ ਉਹਨਾਂ ਤੇ ਤਾਂ ਇੱਕ ਤਰ੍ਹਾਂ ਦਾ ਜ਼ੁਲਮ ਹੀ ਸੀ ਜਦੋਂ ਉਹਨਾਂ ਨੂੰ ਜਾੜਿਆ ਗਿਆ ਤੇ ਉਹਨਾਂ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਉਹਨਾਂ ਸਾਰੀਆਂ ਲੈਂਡਸ ਤੇ ਉਹਨਾਂ ਲੈਂਡਸ ਦੇ ਉੱਤੇ ਜਦੋਂ ਕਬਜ਼ਾ ਹੋਇਆ ਤਾਂ ਉਦੋਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਤੇ ਇੰਗਲੈਂਡ ਵਿੱਚ ਇੱਕ ਬਹੁਤ ਵੱਡਾ ਡਿਬੇਟ ਛਿੜਿਆ ਕਿ ਕੀ ਨਹਿਰਾਂ ਦੇ ਉੱਤੇ ਪੈਸਾ ਲਾਉਣ ਦਾ ਫਾਇਦਾ ਹੈ ਕਿ ਕੀ ਸਾਨੂੰ ਰੇਲਵੇ ਦੇ ਉੱਤੇ ਪੈਸਾ ਲਾਉਣ ਦਾ ਫਾਇਦਾ ਹੈ ਇਹ ਦੋਨੇ ਹੈਂਡ ਇਨ ਹੈਂਡ ਚੱਲਦੇ ਸੀ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਜਦੋਂ ਅਸੀਂ ਕਹਿੰਦੇ ਕਿ ਕਨਾਲ ਕਲੋਨੀਆਂ ਬਣੀਆਂ ਤਾਂ ਵੀ ਉਹ ਸਾਡੇ ਭਲੇ ਵਾਸਤੇ ਨਹੀਂ ਬਣੀਆਂ ਸੀ ਉਹਨਾਂ ਦੀ ਇੱਕ ਸੋਚ ਸੀਗੀ ਜਿਹਦੇ ਵਾਸਤੇ ਉਹ ਬਣ ਰਹੀਆਂ ਸੀ ਤਾਂ ਉਹਨਾਂ ਨੇ ਵੇਖਿਆ ਕਿ ਅਸੀਂ ਜਦੋਂ ਤੇ ਮਾਮਲਾ ਲਾ ਦਿੰਨੇ ਆ ਤੇ ਇਹ ਨਹਿਰਾਂ ਦੇ ਵਿੱਚੋਂ ਸਾਨੂੰ ਪ੍ਰੋਫਿਟੇਬਿਲਟੀ ਵੀ ਬਹੁਤ ਹਾਈ ਪਰਸੈਂਟੇਜ ਦੀ ਹੋ ਜਾਂਦੀ ਆ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਪਹਿਲੀਆਂ ਨਹਿਰਾਂ ਦੇ ਵਿੱਚ ਜਿਹੜੀ ਪ੍ਰੋਫਿਟੇਬਿਲਟੀ ਸੀ ਉਹ 24 ਤੋਂ 26% ਸਾਲਾਨਾ ਇਨਕਮ ਸੀਗੀ ਉਸ ਦੇ ਵਿੱਚੋਂ ਆਈ ਜੋ ਉਹਨਾਂ ਦੀ ਇਨਵੈਸਟਮੈਂਟ ਸੀ ਜਿਹੜੀ ਕਿ ਇੱਕ ਐਨਓਡੀ ਐਨਓਟੀ ਤੋਂ ਭਾਵ ਹੁੰਦਾ ਕਿ ਉਹ ਬਿਜ਼ਨਸ ਜਿਹੜਾ ਸਾਰਾ ਸਾਲ ਤੁਹਾਨੂੰ ਆਮਦਨ ਦੇਵੇ ਉਸ ਵਪਾਰ ਦੇ ਵਿੱਚ ਜੇ 3 ਜਾਂ 4 ਜਾਂ 6% ਵੀ ਅੱਜ ਦੀ ਡੇਟ ਚ ਰਿਟਰਨ ਹੋਵੇ ਤੋ ਉਹਨੂੰ ਬਹੁਤ ਚੰਗਾ ਗਿਣਿਆ ਜਾਂਦਾ ਤੇ ਉਹਨਾਂ ਨੂੰ 24 ਤੋਂ 27% ਸਾਡੇ ਉਸ ਸਿਨੈਰੀ ਸਿਸਟਮ ਚੋਂ ਆਮਦਨ ਹੋਈ ਤਾਂ ਇਹ ਸੋਚੋ ਕਿ ਵੀ ਸਾਡੇ ਲੋਕਾਂ ਤੇ ਕਿੰਨਾ ਦਾ ਦਬਾਅ ਪਿਆ ਹੋਊਗਾ ਉਸ ਮਾਮਲਿਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਰੇਲਵੇ ਸੀਗੀ ਰੇਲਵੇਜ਼ ਉਹਨਾਂ ਨੂੰ ਬਹੁਤ ਜ਼ਰੂਰੀ ਸੀ ਕਨੈਕਟ ਕਰਨੀ ਕਿਉਂਕਿ ਰੇਲਵੇਜ਼ ਨਾਲ ਹੀ ਉਹਨਾਂ ਦੀ ਫੌਜੀ ਸ਼ਕਤੀ ਅਫਗਾਨਿਸਤਾਨ ਤੱਕ ਜਾ ਸਕਦੀ ਸੀ ਤੇ ਰੇਲਵੇਜ਼ ਦੇ ਰਾਹੀਂ ਹੀ ਉਹਨਾਂ ਮੰਡੀਆਂ ਚੋਂ ਨਰਮਾ ਤੇ ਹੋਰ ਜਿਹੜੇ ਪ੍ਰੋਡਕਟਸ ਆਉ ਚੱਕ ਕੇ ਖਿੱਚ ਕੇ ਲਿਜਾ ਸਕਦੇ ਸੀਗੇ ਆਪਦੀ ਬੰਦਰਗਾਵਾਂ ਤੱਕ ਸੋ ਇਹ ਜਿੰਨਾ ਪ੍ਰੋਜੈਕਟ ਸੀਗਾ ਅੰਗਰੇਜ਼ ਦਾ ਇਹ ਮੋٹے ਤੌਰ ਤੇ ਬਸਤੀਵਾਦੀ ਪ੍ਰੋਜੈਕਟ ਸੀ ਤੇ ਜਿਨ੍ਹਾਂ ਨੇ ਵੀ ਬਜ਼ੁਰਗਾਂ ਤੋਂ ਸੁਣਿਆ ਹੋਊਗਾ ਜਿਨ੍ਹਾਂ ਕੋਲੇ ਜ਼ਮੀਨਾਂ ਜ਼ਿਆਦਾ ਸੀਗੀਆਂ ਉਹਨਾਂ ਨੂੰ ਪਤਾ ਹੋਊਗਾ ਕਿ ਮਾਮਲੇ ਤਾਰੇ ਨਹੀਂ ਜਾਂਦੇ ਹੁੰਦੇ ਸੀ ਮਾਮਲਿਆਂ ਪਿੱਛੇ ਕਈ ਵਾਰੀ ਕਿਦਾਂ ਕਟਣੀਆਂ ਪੈਂਦੀਆਂ ਸੀਗੀਆਂ ਇੰਨਾ ਜ਼ਿਆਦਾ ਦਬਾਅ ਬਣਦਾ ਸੀਗਾ ਮਾਮਲਿਆਂ ਦਾ ਉਸ ਤੋਂ ਬਾਅਦ ਜਦੋਂ ਪਹਿਲੀ جنگ ਆਈ ਦੂਜੀ جنگ ਆਈ ਤਾਂ ਕਮੋਡਿਟੀ ਦੀ ਲੋੜ ਹੀ ਬਹੁਤ ਪੈ ਗਈ ਉਹਦੀ ਜ਼ਰੂਰਤ ਹੀ ਬਹੁਤ ਪੈ ਗਈ ਉਹਨਾਂ ਦੀ ਮੰਡੀਆਂ ਦੇ ਵਿੱਚ ਇੰਨੀ ਲੋਡ ਪੈ ਗਈ ਕਿ ਸਾਡੀਆਂ ਅਸੀਂ ਅਮੀਰ ਹੋਣੇ ਸ਼ੁਰੂ ਹੋ ਗਏ ਕਿਉਂਕਿ ਸਾਡੇ ਇੱਥੇ ਖਪਤ ਵਧ ਗਈ ਜ਼ਮੀਨਾਂ ਡਿਵੈਲਪ ਹੋ ਚੁੱਕੀਆਂ ਸੀ 20 30 ਸਾਲ ਦਾ ਆਪਾਂ ਮਿਹਨਤ ਕਰ ਲਈ ਸੀ ਤੇ ਉਧਰੋਂ ਯੂਰਪ ਦੇ ਵਿੱਚ ਖਪਤ ਵਧ ਗਈ ਸੀਗੀ ਇੱਕ ਉਹਨਾਂ ਦੀ ਆਬਾਦੀ ਬਹੁਤ ਵਧ ਗਈ ਸੀਗੀ ਉਸ ਆਬਾਦੀ ਦੇ ਵਿੱਚ ਉਹਨਾਂ ਨੂੰ ਸਸਤਾ ਜਿਹੜਾ ਫੂਡ ਗ੍ਰੇਨ ਮਿਲਦਾ ਸੀ ਉਹ ਪੰਜਾਬ ਚੋਂ ਹੀ ਮਿਲਦਾ ਸੀਗਾ ਤਾਂ ਇਹ ਮੈਂ ਇਹ ਗੱਲਾਂ ਆਪਾਂ ਨੂੰ ਇਹ ਪਾਲਿਸੀਆਂ ਤੁਸੀਂ ਦੇਖੋਗੇ ਕਿ ਅਗਾ ਕੰਟੀਨਿਊ ਹੋਈਆਂ ਜਦੋਂ ਭਾਰਤ ਸਰਕਾਰ ਜਦੋਂ ਟ੍ਰਾਂਸਫਰ ਆਫ ਪਾਵਰ ਹੋ ਤਾਂ ਇੱਕ ਤਰ੍ਹਾਂ ਦਾ ਪੰਜਾਬ ਜਿਹੜਾ ਸੀਗਾ ਉਹਨਾਂ ਅਸਤੇ ਸਸਤੇ ਕਾਟਨ ਸਸਤੇ ਫੂਡ ਗ੍ਰੇਨ ਸਪਾਹੀ ਤੇ ਵੱਡੀ ਗੱਲ ਆ ਕਿ ਸਸਤੇ ਜਾਨਵਰ ਬਹੁਤ ਮਤਲਬ ਜਿਹੜੇ ਘੋੜੇ ਪਾਲਣ ਵਾਸਤੇ 500 ਕਿੱਲਾ ਜ਼ਮੀਨ ਦੇ ਹੁੰਦੇ ਸੀ ਉਹ ਹੋਰ ਖੱ쩌ਰ ਪਾਲਣ ਵਾਸਤੇ ਦਿੰਦੇ ਸੀ ਉਹ ਸਾਰੀਆਂ ਉਹਨਾਂ ਨੂੰ ਕਿਉਂਕਿ ਜੰਗ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਲੋਡ ਪੈਂਦੀ ਸੀ ਤਾਂ ਬਾਰਡਰ ਨੀਅਰਸਟ ਪਲੇਨਸ ਦੇ ਵਿੱਚ ਚੀਜ਼ਾਂ ਪਾਲਦੇ ਸੀਗੇ ਤੇ ਉਹਦੇ ਵਿੱਚੋਂ ਬਹੁਤ ਵੱਡੇ ਵੱਡੇ ਜ਼ਮੀਦਾਰ ਪੈਦਾ ਹੋਏ ਟਿਵਾਣੇ ਸੀਗੇ ਆਪਣਾ ਜਿਹੜੇ ਮਾਨਕਾ ગાંધી ਦਾ ਦਾਦਾ ਕੇ ਪਰਦਾਦਾ ਸਰਦਲਬੀਰ ਸਿੰਘ ਸੀਗਾ ਉਹ ਸੀਗਾ ਖੁਸ਼ਵੰਤ ਸਿੰਘ ਹਰਿਆਣਾ ਦਾ ਪਰਿਵਾਰ ਸੀ ਇਹ ਸਾਰੇ ਬਹੁਤ ਵੱਡੇ ਵੱਡੇ ਜ਼ਮੀਦਾਰ ਤੇ ਵੱਡੇ ਲੈਂਡਲੋਰਡਸ ਪੈਦਾ ਹੋਏ ਛੋਟੇ ਛੋਟੇ ਜਿਹੜੇ ਸਿੱਖ ਪਰਿਵਾਰ 100 200 300 4000 ਏਕੜ ਵਾਲੇ ਵੀ ਬਹੁਤ ਸੀਗੇ ਜਿਹੜੇ ਉਹਨਾਂ ਨੂੰ ਇਹ ਸਾਰਾ ਕੁਝ ਪ੍ਰੋਵਾਈਡ ਕਰਦੇ ਸੀਗੇ ਤੇ ਉਹਨਾਂ ਦਾ ਇੱਕ ਪੋਲੀਟੀਕਲ ਅਸਰ ਰਸੂਖ ਵੀ ਬਹੁਤ ਹੁੰਦਾ ਸੀ ਸੋਸਾਇਟੀ ਦੇ ਵਿੱਚ ਉਸ ਸਮੇਂ ਦੀ ਦੇ ਵਿੱਚ ਇਹ ਸਮਾਂ ਬਦਲਦਾ ਗਿਆ ਅੱਗੇ ਚੱਲਦਾ ਗਿਆ ਭਾਰਤ ਦੇ ਵਿੱਚ ਟਰਾਂਸਫਰ ਆਫ ਪਾਵਰ ਹੋ ਗਈ ਤੇ ਉਦੋਂ ਪਹਿਲਾਂ ਇੱਕ ਓਨੀ ਦੇਰ ਤੱਕ ਇਹ ਸਾਰੀ ਜਿਹੜੀ ਨਾ ਕਨਾਲ ਕਲੋਨੀ ਸੀਗੀਆਂ ਇਹ ਪੰਜਾਬ ਦੇ ਵਿੱਚ ਹੀ ਸੀਗੀਆਂ ਮਤਲਬ ਪੰਜਾਬ ਦੇ ਦਰਿਆ ਇੱਕ ਦੂਜੇ ਨਾਲ ਕਨੈਕਟ ਕੀਤੇ ਗਏ ਤੇ ਪੰਜਾਬ ਦੀਆਂ ਹੀ ਉਹ ਦਵਾਬਾਂ ਨੂੰ ਕਨੈਕਟ ਕਰਕੇ ਕੋਸ਼ਿਸ਼ ਕੀਤੀ ਗਈ ਕਿ ਵੀ ਆਪਾਂ ਇਹਨਾਂ ਨੂੰ ਆਬਾਦ ਕਰੀਏ ਇਹਦਾ ਚਲੋ ਕਲੋਨੀਅਲ ਨੈਰੇਟਿਵ ਨੂੰ ਫਾਇਦਾ ਸੀਗਾ ਉਹਨਾਂ ਨੂੰ ਵੀ ਫਾਇਦਾ ਸੀ ਪਰ ਆਪਣੇ ਲੋਕਾਂ ਦੇ ਵਿੱਚ ਵੀ ਇੱਕ ਜਾਗਰੂਕਤਾ ਆਈ ਆਪਣੇ ਵਿੱਚ ਵੀ ਆਰਥਿਕਤਾ ਚੰਗੀ ਹੋ ਗਈ ਸਕੂਲ ਖੁੱਲ ਗਏ ਐਜੂਕੇਸ਼ਨ ਆ ਗਈ ਤਾਂ ਇੱਕ ਤਰ੍ਹਾਂ ਦਾ ਵਾਪਾ ਪੂਰਾ 1 ਟੂ 1 ਰਿਲੇਸ਼ਨਸ਼ਿਪ ਤਾਂ ਨਹੀਂ ਕਹਿ ਸਕਦੇ ਬਟ ਇੱਕ ਮਾਸਟਰਸ ਲੈਵਲ ਰਿਲੇਸ਼ਨਸ਼ਿਪ ਜਆ ਆਪਣਾ ਠੀਕ ਚੱਲਦਾ ਰਿਹਾ ਪਰ ਨਾਲ ਦੀ ਨਾਲ ਇੱਕ ਘਟਨਾ ਹੋਰ ਹੋਈ ਜਿਹਦੇ ਵਿੱਚ 1800 80 90 ਦੇ ਵਿੱਚ ਇੱਕ ਬਹੁਤ ਵੱਡਾ ਕਾਲ ਪੈ ਗਿਆ ਬੀਕਨਰ ਸਟੇਟ ਦੇ ਵਿੱਚ ਉਹ ਕਾਲ ਦੇ ਵਿੱਚ ਮਹਾਰਾਜਾ ਬੀਕਨੇਰ ਨੇ ਵੇਖਿਆ ਕਿ ਵੀ ਮੇਰੀ 25% ਆਬਾਦੀ ਤਕਰੀਬਨ ਉਹਦੀ ਵਾਈਪ ਆਊਟ ਹੋ ਗਈ ਉਹ ਮਾਰੂ ਦੇਸ਼ ਸੀਗਾ ਉੱਥੇ ਪਹਿਲਾਂ ਹੀ ਆਬਾਦੀ ਘੱਟ ਸੀ ਉਹਦੇ ਵਿੱਚੋਂ ਵੀ 20-25% ਤਬਾਹ ਹੋ ਜੇ ਤਾਂ ਉਹ ਜਦੋਂ ਤਬਾਹ ਹੋਈ ਤਾਂ ਉਹਨੇ ਅੰਗਰੇਜ਼ਾਂ ਨੂੰ ਉਹਦੇ ਕੋਲੇ ਇੱਕ ਅੰਗਰੇਜ਼ ਡੇਵਿਸ ਨਾਂ ਦਾ ਇੱਕ ਬੰਦਾ ਸੀਗਾ ਉਹਨੂੰ ਉਹਨੂੰ ਕਿਹਾ ਤੇ ਉਹਦੇ ਕੈਨ ਤੇ ਉੱਤੇ ਉੱਥੇ ਉਹਨੇ ਕਿਹਾ ਕਿ ਵੀ ਤੁਸੀਂ ਪੰਜਾਬ ਚੋਂ ਪਾਣੀ ਲਓ ਕਿਉਂਕਿ ਨਾਲ ਬੀਕਾਨੇਰ ਦੇ ਨਾਲ ਜਿੱਥੇ ਪੰਜਾਬ ਲੱਗਦਾ ਬੀਕਾਨੇਰ ਦੇ ਨਾਲ ਸਤਲੁਜ ਟੱਪ ਕੇ ਬਾਲਪੁਰ ਵੀ ਲੱਗਦਾ ਤੇ ਬਾਲਪੁਰ ਲੋਅਰ ਰੈਪੀਰੀਅਨ ਸੀਗਾ ਉਹਨੇ ਕਿਹਾ ਵੀ ਬਾਲਪੁਰ ਦੀ ਸਟੇਟ ਤੋਂ ਆਪਾਂ ਪਾਣੀ ਲਈਏ ਜਦੋਂ ਪਾਣੀ ਦਾ ਮਸਲਾ ਖੜਾ ਹੋਇਆ ਉਹਨੇ ਪਾਣੀ ਦੀ ਮੰਗ ਕੀਤੀ ਪਲਾਨ ਬਣਾ ਲਈ ਤਾਂ ਉਸ ਪਾਣੀ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ ਇਹ ਕਹਿ ਕੇ ਅੰਗਰੇਜ਼ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਅੰਗਰੇਜ਼ ਸੀਗਾ ਉਹਨਾਂ ਨੇ ਤੇ ਬਾਲਪੁਰ ਨੇ ਇਹ ਗੱਲ ਆਖੀ ਕਿ ਵੀ ਇਹ ਜਿਹੜਾ ਪਾਣੀ ਆ ਇਹ ਸਾਡੀ ਬੇਸਨ ਤੋਂ ਬਾਹਰ ਜਾ ਰਿਹਾ ਇਹ ਇਲਾਕੇ ਤੋਂ ਬਾਹਰ ਜਾ ਰਿਹਾ ਤੇ ਇਹ ਨਹੀਂ ਦਿੱਤਾ ਜਾ ਸਕਦਾ ਉਦੋਂ ਬਾਅਦ ਉਹ ਟਕਰਾ ਮਾਰਦਾ ਰਿਹਾ ਬੜੀ ਦੇਰ 1905 ਚ ਫੇਰ ਉਹਨੇ ਪਲਾਨ ਸਬਮਿਟ ਕੀਤੀ ਕਿਸੇ ਨੇ ਨਹੀਂ ਉਹ ਪਲਾਨ ਮੰਨੀ ਤੇ ਐਨਹ ਚ ਯੂਰਪ ਚ جنگ ਲੱਗ ਗਈ ਜਿਹਨੂੰ ਫਰਸਟ ਵਰਲਡ ਵਾਰ ਕਹਿੰਦੇ ਆਪਾਂ ਪਹਿਲੀ جنگ ਲੱਗ ਗਈ ਪਹਿਲੀ جنگ ਦੇ ਵਿੱਚ ਮਹਾਰਾਜਾ ਬੀਕਾਨੇਰ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਅੰਗਰੇਜ਼ਾਂ ਦੀ ਤੇ ਜਦੋਂ 1918-19 ਚ ਉਹ جنگ ਖਤਮ ਹੋਈ ਤੇ ਟ੍ਰੀਟੀ ਸਾਈਨ ਹੋਈ ਤਾਂ ਵਰਸੇਲਸ ਦੀ ਟ੍ਰੀਟੀ ਸਾਈਨ ਹੋਈ ਸੀਗੀ ਜਿਹੜੀ ਵਰਸੇਲਸ ਦੇ ਵਿੱਚ ਫਰਾਂਸ ਦੇ ਵਿੱਚ ਜਰਮਨੀ ਨਾਲ ਟ੍ਰੀਟੀ ਸਾਈਨ ਹੋਈ ਸੀ ਉਸ ਟ੍ਰੀਟੀ ਦੇ ਉੱਤੇ ਜਿਹੜੇ ਵੱਡੇ ਸਿਗਨੇਟਰ ਹੀ ਸੀਗੇ ਉਹਨਾਂ ਦੇ ਵਿੱਚ ਮਹਾਰਾਜਾ ਸਾਦੂਲ ਸਿੰਘ ਵੀ ਸੀਗੇ ਇੱਕ ਸਿਗਨੇਟਰੀ ਮਤਲਬ ਅੰਗਰੇਜ਼ਾਂ ਦੇ ਉਹ ਇੰਨੇ ਕਲੋਸ ਸੀਗੇ ਤੇ ਅੰਗਰੇਜ਼ਾਂ ਦੇ ਨਜ਼ਦੀਕ ਹੋਣ ਕਰਕੇ ਉਹਨਾਂ ਨੇ ਜਦੋਂ ਉਹਨਾਂ ਨੇ ਉਹਨੂੰ ਉਹਨਾਂ ਨੇ ਇੱਕ ਤਰ੍ਹਾਂ ਇਹ ਮੰਗ ਕੀਤੀ ਕਿ ਵੀ ਮੈਨੂੰ ਤੁਸੀਂ ਨਹਿਰ ਪਾਣੀ ਦਿਓ ਤਾਂ ਇਹ ਪਹਿਲੀ ਵਾਰ ਪੰਜਾਬ ਦੇ ਆਪ ਦੀ ਹੱਦਬੰਦੀ ਚੋਂ ਪੰਜਾਬ ਦਾ ਪਾਣੀ ਬਾਹਰ ਗਿਆ ਸੀ ਇੱਕ ਸਮਝ ਲਓ ਇੱਕ ਰਾਪ ਮਤਲਬ ਇੱਕ ਰਸਤਾ ਖੁੱਲ ਗਿਆ ਇੱਕ ਨੋਰਮ ਖੜਾ ਹੋ ਗਿਆ ਕਿ ਵੀ ਪਾਣੀ ਬਾਹਰ ਜਾਣਾ ਪਰ ਅੰਗਰੇਜ਼ ਥੋੜਾ ਜਿਹਾ ਇਹ ਕਹਿ ਲੋ ਕਿ ਹਲੇ ਵੀ ਕਿਸੇ ਕਾਨੂੰਨ ਦੇ ਦਾਇਰੇ ਚ ਵੱਧਾ ਹੁੰਦਾ ਸੀ ਅੱਜ ਕੱਲ੍ਹ ਦੀਆਂ ਸਰਕਾਰਾਂ ਅਰਗ ਨਹੀਂ ਸੀ ਤਾਂ ਉਹਨੇ ਜਦੋਂ ਇਹ ਗੱਲ ਚੱਲੀ ਤਾਂ ਉੱਥੇ ਕਲੌਡ ਹਿਲਨਾ ਦੇ ਇੱਕ ਸੀਗੇ ਚੇਅਰਮੈਨ ਜਿਨ੍ਹਾਂ ਨੇ ਜਿਹੜੇ ਉਸ ਕਮੇਟੀ ਦੇ ਚੇਅਰਮੈਨ ਸੀ ਬਾਲਪੁਰ ਸਟੇਟ ਵੀ ਸੀ ਉਹਦਾ ਹਿੱਸਾ ਲੈ ਰਿਹਾ ਕਿਉਂਕਿ ਬਾਲਪੁਰ ਦੇ ਨਵਾਬ ਦੀ ਸਭ ਤੋਂ ਵੱਡੀ ਉਹਨੂੰ ਆਪੋਜੀਸ਼ਨ ਸੀ ਕਿ ਵੀ ਇਹ ਨਹੀਂ ਜਾਣਾ ਚਾਹੀਦਾ ਪਾਣੀ ਬਾਹਰ ਇਹ ਮੈਂ ਇਹਦਾ ਮੈਂ ਹੱਕਦਾਰ ਆ ਇਹਦਾ ਤੇ ਪੰਜਾਬ ਦੀ ਵੀ ਪੰਜਾਬ ਦੇ ਰਿਪ੍ਰੈਜ਼ੈਂਟੇਟਿਵ ਤਾਂ ਅੰਗਰੇਜ਼ ਹੀ ਸੀ ਉਹਨਾਂ ਦੀ ਵੀ ਸੀਗੀ ਇਹਦੀ ਆਪੋਜੀਸ਼ਨ ਤਾਂ ਉਹਨੇ ਆਖਿਆ ਕਿ ਵੀ ਜਨਤਕ ਲੋੜ ਵਾਸਤੇ ਜਿੱਥੇ ਬਹੁਤ ਬੁਰੀ ਹਾਲਤ ਹੋ ਜੇ ਉੱਥੇ ਸਾਨੂੰ ਪਾਣੀ ਦੇਣਾ ਚਾਹੀਦਾ ਉੱਥੇ ਪ੍ਰੋਵਿੰਸ ਵੀ ਚਾਹੇ ਕ੍ਰਾਸ ਕਰਨੀ ਪਵੇ ਇਹ ਇੱਕ ਜੱਜਮੈਂਟ ਦਿੱਤੀ ਇਹ ਜੱਜਮੈਂਟ ਦੇ ਕੇ 5.5 ਕਰੋੜ ਦੀ ਲਾਗਤ ਨਾਲ ਉਹ ਨਹਿਰ ਤਿਆਰ ਹੋਈ ਆਪਣੇ ਇਥੋਂ ਪੈਸਾ ਲਿਆ ਗਿਆ ਮਹਾਰਾਜ ਆ ਬੀਕਨ ਨਹਿਰ ਕਹਿੰਦਾ ਹੁੰਦਾ ਸੀਗਾ ਕਿ ਵੀ ਚਾਹੇ ਮੈਨੂੰ ਸੋਨਾ ਰੱਖ ਕੇ ਵੀ ਪੈਸਾ ਦੇਣਾ ਪਵੇ ਤੇ ਮੈਂ ਦਊਂਗਾ ਉਹ ਨਹਿਰ ਚਲੀ ਗਈ ਜਿੱਦੜਾ ਗੰਗਾ ਨਗਰ ਵਾਲੇ ਇਲਾਕੇ ਦੇ ਵਿੱਚ ਚੱਕਾਂ ਚ ਤੇ ਉੱਥੇ ਇੱਕ ਸਾਲ ਉਹਨਾਂ ਨੇ ਆਪਦੀ ਆਬਾਦੀ ਨੂੰ ਹੀ ਵਸਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਆਬਾਦੀ ਤੋਂ ਕੋਈ ਰਿਜ਼ਲਟ ਨਹੀਂ ਨਿਕਲੇ ਸਾਡੇ ਬਜ਼ੁਰਗ ਦੱਸਦੇ ਆ ਜਿਹੜੇ ਉੱਥੇ ਵਸੇ ਆ ਉਹ ਕਹਿੰਦੇ ਕਿ ਵੀ ਜਦੋਂ ਮਹਾਰਾਜ ਮਹਾਰਾਜ ਅਸੀਂ 1927 ਦੇ ਪੁਰਾਣੇ ਤੋਂ ਵੀ ਪਹਿਲਾਂ ਦੇ ਸੈਟਲਰਸ ਆ ਉੱਥੇ ਨਯਾ ਜਾਣ ਤੋਂ ਤਾਂ ਜਦੋਂ ਮਹਾਰਾਜ ਨੇ ਪਹਿਲੀ ਵਾਰ ਉੱਥੇ ਢੇੜਾ ਮਾਰਿਆ ਤੇ ਜਿਹੜੇ ਉਹ ਸਿੱਖਾਂ ਦੇ ਪਿੰਡਾਂ 'ਚ ਗਿਆ ਤਾਂ ਉਹ ਤਾਂ ਲੜ ਪਏ ਉਹਨੂੰ ਕਿ ਵੀ ਪਾਣੀ ਤਾਂ ਹੈ ਨਹੀਂਗਾ ਇੱਥੇ ਤੂੰ ਸਾਨੂੰ ਵੜ ਕੇ ਲਿਆਇਆ ਠੀਕ ਹੈ ਤੇ ਦੂਜੇ ਪਾਸੇ ਜਦੋਂ ਜੱਟਾਂ ਦੇ ਪਿੰਡਾਂ 'ਚ ਗਿਆ ਉਹਨੇ ਕਿਹਾ ਕਿ ਵੀ ਕਿਵੇਂ ਆ ਭਾਈ ਉਹ ਕਹਿੰਦੇ ਮਹਾਰਾਜ ਆਨੰਦ ਹੀ ਆ ਧੋਬਾ ਵਰ ਵਰ ਪਾਣੀ ਪੀਵਾ ਕਿ ਵੀ ਸਾਨੂੰ ਤਾਂ ਪਾਣੀ ਪੀਣ ਨੂੰ ਮਿਲ ਗਿਆ ਇੰਨਾ ਵਧੀਆ ਮੌਜਾਂ ਲੱਗੀਆਂ ਸਾਡੀਆਂ ਪਰ ਉਹਨੂੰ ਰੈਵਨਿਊ ਚਾਹੀਦਾ ਸੀਗਾ ਉਹਨੇ ਤਾਂ ਜੋਂ ਐਰ ਤੇ ਪੈਸਾ ਲਾਇਆ ਸੀ ਉਹ ਕੱਢਣਾ ਸੀ ਵਾਪਸ ਉਹਨੂੰ ਫੂਡ ਚਾਹੀਦਾ ਸੀ ਤਾਂ ਉਹਨੇ ਤਕਰੀਬਨ ਸਾਡੇ ਮਾਲਵੇ ਚੋਂ ਮੁਕਸਰ ਦੇ ਇਲਾਕੇ ਚੋਂ ਹੋਰ ਇਲਾਕਿਆਂ ਚੋਂ ਬਹੁਤ ਫਾਰਮਰਸ ਨੂੰ ਉੱਥੇ ਲੈਂਡ ਆਕਸ਼ਨ ਤੇ ਦੇਣੀ ਸ਼ੁਰੂ ਕਰਤੀ ਤੇ ਜਿੱਥੇ ਆਪਣੀ ਹੁਣ ਪੰਜਾਬੀ ਆਬਾਦੀ ਜਾਂ ਸਿੱਖਾਂ ਦੀ ਆਬਾਦੀ ਵਸ ਗਈ ਸੋ ਇਹ ਅਗੇਨ ਉਸ ਸਮੇਂ ਦੇ ਰਾਜੇ ਦੀ ਮਜਬੂਰੀ ਸੀ ਕਿ ਤੁਹਾਨੂੰ ਉੱਥੇ ਵਸਾਉਣਾ ਪਿਆ ਕਿਉਂਕਿ ਤੁਸੀਂ ਇੱਕ ਚੰਗੇ ਫਾਰਮਰ ਸੀ ਤੁਹਾਨੂੰ ਆਬਾਦ ਕਰਾਉਣੇ ਸੀ ਉਹ ਟਿੱਬੇ ਤੁਹਾਡੇ ਤੋਂ ਤੇ ਉਹ ਚੀਜ਼ ਪ੍ਰਤੱਖ ਵੀ ਹੁੰਦੀ ਰਹੀ ਕਿ ਜੇ ਤੁਸੀਂ ਕਦੀ ਉਹਨਾਂ ਏਰੀਆਸ ਚ ਜਾਂਦੇ ਅੱਜ ਤੋਂ 20 30 ਸਾਲ ਪਹਿਲਾਂ ਤਾ ਸਿਰਫ ਕੁਝ ਇੱਕ ਕਮਿਊਨਿਟੀ ਦੇ ਜਿਹੜੇ ਖੇਤ ਆ ਉਹ ਬਹੁਤ ਸੋਹਣੇ ਆ ਤੇ ਇੱਕ ਕਮਿਊਨਿਟੀ ਦੇ ਪਿੰਡ ਅੱਜ ਹਲੇ ਵੀ ਟਿੱਬੇ ਪਏ ਸੀ ਅੱਜ ਤੋਂ 25-25 ਸਾਲ ਪਹਿਲਾਂ ਤੱਕ ਵੀ 100 ਸਾਲ ਹੋ ਗਏ ਸੀ ਨਹਿਰ ਆਏ ਹੋ ਗਏ ਹੁਣ ਤਕਰੀਬਨ ਨਹਿਰ ਆਈ ਉਦੋਂ ਬਾਅਦ ਮਹਾਰਾਜਾ ਬੀਕਾ ਨਹਿਰ ਦੀ ਭੁੱਖ ਵਧ ਗਈ ਉਹਨੇ ਕਿਹਾ ਵੀ ਇੱਕ ਨਹਿਰ ਤਾਂ ਆਪਾਂ ਕਾਢ ਲਈ ਉਹਨੇ ਅਗਲੀ ਮੰਗ ਰੱਖੀ ਕਿ ਵੀ ਮੈਨੂੰ ਪਾਣੀ ਹੋਰ ਚਾਹੀਦਾ ਜਿਹੜੋਂ ਆਪਾਂ ਹੁਣ ਪਾਖੜਾ ਮੇਨ ਲਾਈਨ ਕਨਾਲ ਕਹਿੰਦੇ ਆ ਦੂਸਰਾ ਉਹਦਾ ਇੱਕ ਚੀਫ ਇੰਜੀਨੀਅਰ ਸੀਗਾ ਆ ਕਿ ਕੋਈ ਸੈਂਸ ਕਵਰਸ ਹੈ ਕਵਰਸ ਨੇ ਮੰਗ ਕੀਤੀ ਕਿ ਵੀ ਸਾਨੂੰ ਇੰਦਰਾ ਗਾਂਧੀ ਕਨਾਲ ਵੀ ਜਿਵੇਂ ਹੈਗੀ ਹੈ ਇਸੇ ਤਰ੍ਹਾਂ ਦੀ ਇੱਕ ਤਰਜ਼ ਤੇ ਇੱਕ ਲੈਨ ਨਹਿਰ ਹੋਰ ਚਾਹੀਦੀ ਆ ਉਹ ਸਸਤੀ ਉਹਨੇ ਲੜਨਾ ਸ਼ੁਰੂ ਕਰਤਾ ਉਸ ਮੰਗ ਸ਼ੁਰੂ ਕਰਤੀ ਪਰ ਅੰਗਰੇਜ਼ ਨੇ ਉਹ ਗੱਲ ਮੰਗੀ ਮੰਨੀ ਨਹੀਂ ਤੇ 1935 ਚ ਇੱਕ ਕਮੇਟੀ ਬਿਠਾਤੀ ਜਿਹਨੂੰ ਐਂਡਰਸਨ ਕਮੇਟੀ ਕਹਿੰਦੇ ਸੀ ਐਂਡਰਸਨ ਕਮੇਟੀ ਦਾ ਜਿਹੜਾ ਫਾਈਂਡਿੰਗ ਸੀ ਗਿਆ ਉਹਦੇ ਚ ਉਹਨੇ ਉਹ ਕਲੌਡ ਹਿਲ ਦੀ ਸਟੇਟਮੈਂਟ ਨੂੰ ਤਾਂ ਅਪਹੈਲਡ ਕੀਤਾ ਕਿ ਹਾਂਜੀ ਜੇ ਬਹੁਤ ਲੋਡ ਪੈ ਜੇ ਤੇ ਜਨਰਲ ਗੁੱਡ ਦੀ ਲੋਡ ਹੋਵੇ ਤਾਂ ਪਾਣੀ ਬਾਹਰ ਭੇਜਿਆ ਜਾਣਾ ਚਾਹੀਦਾ ਪਰ ਨਾਲ ਉਹਨੇ ਦੋ ਕਲੋਜ਼ ਹੋਰ ਲਾਤੇ ਕਿ ਵੀ ਬੇਸਨ ਤੋਂ ਬਾਹਰ ਪਾਣੀ ਬਹੁਤ ਸੋਚ ਕੇ ਭੇਜਣਾ ਚਾਹੀਦਾ ਬਹੁਤ ਮਜਬੂਰੀਆਂ ਚ ਭੇਜਣਾ ਚਾਹੀਦਾ ਇਹ ਜਿਹੜਾ ਪਾਣੀ ਭੇਜਿਆ ਜਾਵੇ ਇਹ ਪਰਮਨੈਂਟ ਨਹੀਂ ਹੋਣਾ ਚਾਹੀਦਾ ਤੇ ਤੀਜਾ ਵੱਡੀ ਗੱਲ ਉਹਨੇ ਇਹ ਲਾਤੀ ਕਿ ਵੀ ਇਹ ਕਿਸੇ ਇਕਨੋਮਿਕ ਆ ਟਰਾਂਜੈਕਸ਼ਨ ਦੇ ਅਧੀਨ ਹੀ ਦੇਣਾ ਚਾਹੀਦਾ ਇਹ ਤਿੰਨ 1935 ਦੀ ਰਿਪੋਰਟ ਚ ਐਂਡਰਸਨ ਨੇ ਉਹ ਲਗਾਤੀਆਂ ਸਟੇਟਮੈਂਟਸ ਤੇ ਇਹ ਵੈਸੇ ਇਨ ਕੰਟੀਨਿਊਸਲੀ ਸੀ ਕਿਉਂਕਿ ਮਹਾਰਾਜਾ ਬੀਕਾ ਨੇ ਵੀ ਪੰਜਾਬ ਨੂੰ ਸੀਨਰੇਜ ਦਿੰਦਾ ਹੁੰਦਾ ਸੀਗਾ ਜਾਂ ਰਾਇਲਟੀ ਕਹਿ ਲਓ ਸੀਨਰੇਜ ਥੋੜਾ ਜਿਹਾ ਡਿਫਰੈਂਟ ਹੁੰਦੀ ਆ ਉਹਦੇ ਨਾਲੋਂ ਸੀਨਰੇਜ ਦਿੰਦਾ ਹੁੰਦਾ ਸੀਗਾ ਸੀਨਰੇਜ ਐਕਚੁਅਲੀ ਰਾਇਲਟੀ ਨਹੀਂ ਹੁੰਦੀ ਸੀਨਰੇਜ ਦਾ ਐਕਚੁਅਲ ਮਤਲਬ ਹੁੰਦਾ ਵੇਸਟੇਜ ਠੀਕ ਹੈ ਜੀ ਤਾਂ ਆਪਾਂ ਥੋੜਾ ਜਿਹਾ ਮਿਸਕੋਟ ਕਰ ਜਾਂਦੇ ਨੇ ਕਿ ਸਾਨੂੰ ਰਾਇਲਟੀ ਮਿਲਦੀ ਸੀ ਤੁਹਾਨੂੰ ਰਾਇਲਟੀ ਨਹੀਂ ਮਿਲਦੀ ਸੀ ਉਹਨੇ ਹੱਕ ਜਤਾਇਆ ਸੀਗਾ ਕਿ ਮੈਂ ਲੋਅਰ ਰਾਈਪੇਰੀਅਨ ਹੈਗਾ ਮੈਨੂੰ ਤਾਂ ਪਾਣੀ ਦਿੱਤਾ ਤਾਂ ਸੀਨਰੇਜ ਨੂੰ ਇੱਕ ਵੇਸਟੇਜ ਦਾ ਇਸ ਤੋਂ ਮਿਲਦਾ ਸੀ ਕਿ ਵੀ ਜਿਹੜਾ ਪਾਣੀ ਮੇਰਾ ਵੇਸਟ ਹੋ ਜਾਂਦਾ ਐਕਚੁਅਲੀ ਉਹ ਮੈਨੂੰ ਪੈਸਾ ਦਿੱਤਾ ਜਾਵੇ ਉਹਦਾ ਕਿ ਜਿਹੜਾ ਸਰ ਇਹਦੇ ਕਰਕੇ ਅ ਸੀਪੇਜ ਕਰਕੇ ਵੇਸਟ ਹੁੰਦਾ ਸੋ ਇਹ ਉਹਨੇ ਉਸ ਸੀਨਰੇਜ ਮਿਲਣੀ ਸ਼ੁਰੂ ਦੇਣੀ ਸ਼ੁਰੂ ਕਰਤੀ ਪੰਜਾਬ ਨੂੰ ਤੇ ਅੱਗੇ ਉਸ ਤੋਂ ਬਾਅਦ ਉਹਨੇ ਨਹਿਰਾਂ ਦੀ ਮੰਗ ਬੰਦ ਹੋ ਗਈ ਟਰਾਂਸਫਰ ਆਫ ਪਾਵਰ ਹੋ ਗਈ ਟਰਾਂਸਫਰ ਆਫ ਪਾਵਰ ਤੋਂ ਬਾਅਦ ਪਹਿਲਾ ਕਦਮ ਜਿਹੜਾ ਚੱਕਿਆ ਗਿਆ ਉਹ ਇਹ ਸੀ ਕਿ ਭਾਖੜਾ ਮੇਨ ਲਾਈਨ ਕਨਾਲ ਬਣਾਈ ਗਈ ਨੰਗਲ ਬਰਾਜ ਤੋਂ ਨੰਗਲਬ ਰਾਜ ਤੋਂ ਉੱਪਰ ਆਖੜਾ ਮੇਨ ਲਾਈਨ ਤਨਾਲ ਬਣਾਈ ਗਈ 12500 ਕਿਊਸਿਕ ਪਾਣੀ ਆ ਉਹਦੇ ਵਿੱਚ ਮੌਜੂਦਾ ਪੰਜਾਬ ਦੇ ਵਿੱਚ ਸਿਰਫ ਬਹੁਤ ਹੀ ਘੱਟ ਪਾਣੀ ਵਰਤਿਆ ਜਾਂਦਾ ਹੈ ਜਿਆਦਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਜਾਂਦਾ ਉਦੋਂ ਬਾਅਦ ਨੈਕਸਟ ਸਟੇਜ ਦੇ ਉੱਤੇ ਭਾਰਤ ਦਾ ਤੇ ਪਾਕਿਸਤਾਨ ਦਾ ਇੱਕ ਡਿਸਪਿਊਟ ਪੈ ਗਿਆ ਪਾਣੀਆਂ ਦੀ ਵੰਡ ਨੂੰ ਲੈ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਉੱਧਰਲੇ ਦਰਿਆ ਸੀਗੇ ਉਹਨਾਂ ਦਾ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਜਿਹੜੇ ਦਰਿਆ ਆ ਉਹਨਾਂ ਦਾ ਘੱਟ ਸੀ ਉਹਨਾਂ ਦਾ ਦਰਿਆ ਸਿੰਧ ਦਰਿਆ ਜਿਹੜਾ ਉਹ 90 ਮਿਲੀਅਨ ਏਕੜ ਫੁੱਟ ਸੀ ਚਨਾ ਜਿਹੜਾ ਜੇਲਮ ਸੀ 23 ਸੀਗਾ ਚਨਾ 23 ਸੀਗਾ ਫਿਰ ਰਾਵੀ ਇੱਕ ਮੂਡੀ ਦਾ ਦਰਿਆ ਉਹ ਕਿਸੇ ਸਾਲ 8 ਮਿਲੀਅਨ ਏਕੜ ਫੁੱਟ ਵੀ ਲਿਆ ਸਕਦਾ ਤੇ ਕਿਸੇ ਸਾਲ 3 ਮਿਲੀਅਨ ਏਕੜ ਫੁੱਟ ਵੀ ਰਹਿ ਸਕਦਾ ਉਹਦੇ ਵਿੱਚ ਤੇ ਉਦੋਂ ਅੱਗੇ ਸਤਲੁਜ ਤੇ ਬਿਆਸ ਸੀਗੇ ਇਹ ਸਾਰੇ ਓਨ ਨਾਲ ਇਹ ਸਾਰਿਆਂ ਦੇ ਉੱਤੇ ਡਿਸਪਿਊਟ ਪੈ ਗਿਆ ਤੇ ਜਿਆਦਾ ਜਿਹੜੀ ਧਰਤੀ ਸੀਗੀ ਜਿਆਦਾ ਜਿਹੜੀ ਕਨਾਲ ਸਿਸਟਮ ਸੀਗਾ ਉਹ ਉਹ ਜਿਹੜਾ ਪੰਜਾਬ ਚਲਾ ਗਿਆ ਉਹ ਉਹ ਸਰਪਲਸ ਏਰੀਆ ਸੀ ਜਿਹੜਾ ਪੰਜਾਬ ਇਧਰ ਆਇਆ ਮਤਲਬ ਜਿਹੜਾ ਪੂਰਬੀ ਸੌਰੀ ਈਸਟਰਨ ਪੰਜਾਬ ਸੀ ਪੂਰਬੀ ਪੰਜਾਬ ਸੀ ਇਹ ਡੈਫਿਸਟ ਏਰੀਆ ਸੀ ਕਨਾਲ ਸਿਸਟਮ ਵੀ ਘੱਟ ਸੀ ਸਿਰਫ ਇੱਕ ਕਨਾਲ ਸਿਸਟਮ ਸੀ ਉਹਦੇ ਵਿੱਚ ਤੇ ਇਹਦੇ ਵਿੱਚ ਹੈਡਵਰਕਸ ਵੀ ਘੱਟ ਸੀ ਇਹਦੇ ਵਿੱਚ ਪਰ ਇਹ ਸੀਗਾ ਕਿ ਜਿਹੜੇ ਕਨੈਕਸ਼ਨ ਸੀਗੇ ਉਹਨਾਂ ਨੂੰ ਉਹ ਸਾਰੇ ਇਧਰੋਂ ਸੀਗੇ ਉਹ ਰਗੜਾ ਝਗੜਾ ਚੱਲਦਾ ਰਿਹਾ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਕਿ ਵੀ ਜਿਹੜਾ ਭਾਰਤ ਆ ਉਹ ਫੂਡ ਇੰਪੋਰਟਰ ਸੀਗਾ ਉਸ ਟਾਈਮ ਕਿਉਂਕਿ ਜਿਹੜੀ ਜਿਹੜੀ ਇਰੀਗੇਟਿਡ ਲੈਂਡ ਸੀ ਜ਼ਿਆਦਾ ਉਹ ਪਾਕਿਸਤਾਨ ਚਲੀ ਗਈ ਸੀ ਤੇ ਇਧਰ ਪਾਣੀ ਖਾਣੇ ਦੀ ਘਾਟ ਸੀਗੀ ਖਾਣੇ ਦੀ ਘਾਟ ਹੋਣ ਕਰਕੇ ਉਸ ਟਾਈਮ ਦਾ ਜਿਹੜਾ ਇੱਥੇ ਵਰਲਡ ਬੈਂਕ ਦਾ ਜਿਹੜਾ ਹੈੱਡ ਸੀਗਾ ਮਿਸਟਰ ਬਲੈਕ ਉਹਨੇ ਕਿਹਾ ਕਿ ਕਿਸੇ ਦਿਨ ਵੀ ਕਮਿਊਨਿਜ਼ਮ ਕਸ਼ਮੀਰ ਦੇ ਰਾਹ ਦੇ ਵਿੱਚੋਂ ਭਾਰਤ ਦੇ ਵਿੱਚ ਵੜ ਜਾਊਗਾ ਜੇ ਭੁੱਖਮਰੀ ਆ ਗਈ ਠੀਕ ਹੈ ਇਹ ਭੁੱਖਮਰੀ ਦਾ ਡਰ ਜਿਹੜਾ ਹੈ ਇੱਕ ਇੱਕ ਕੰਟੀਨਿਊਸ ਟ੍ਰੈਂਡ ਆ ਜਿਹੜਾ ਹਿੰਦੁਸਤਾਨ ਨੂੰ ਫੂਡ ਸਿਕਿਉਰਿਟੀ ਸਤੋਂਦਾ ਤੇ ਅੱਜ ਤੱਕ ਸਤੋਂਦਾ ਆ ਰਿਹਾ ਇਹ ਜਿਹੜਾ ਡਾਰ ਸੀਗਾ ਤੇ ਫੂਡ ਕਿਉਂਕਿ ਉਹਨੂੰ ਬਾਇ ਕਰਨਾ ਪੈਂਦਾ ਸੀ ਤੇ ਉਹ ਬਾਇ ਕਰਨਾ ਪੈਂਦਾ ਸੀ ਸਟਰਲਿੰਗ ਪਾਉਂਡ ਦੇ ਵਿੱਚ ਤਾਂ ਉਹਦੀ ਫੋਰਨ ਐਕਸਚੇਂਜ ਰਿਜ਼ਰਵਸ ਵੀ ਖਤਮ ਹੁੰਦੇ ਸੀ ਨਾਲ ਤਾਂ ਉਹਨਾਂ ਦਾ ਇਹ ਮਸਲਾ ਹੋ ਗਿਆ ਕਿ ਕਿਵੇਂ ਨਾ ਕਿਵੇਂ ਪਾਣੀ ਦਾ ਮਸਲਾ ਹੱਲ ਕਰੋ ਕਿ ਪਾਕਿਸਤਾਨ ਤੇ ਜਿਹੜਾ ਹਿੰਦੁਸਤਾਨ ਆ ਇਹ ਜਿਹੜੇ ਦੋਨੇ ਆ ਇਹ ਕਮਿਊਨਿਜ਼ਮ ਦੀ ਮਾਰ ਚ ਨਾ ਆ ਜਾਣ ਕਿਸੇ ਤਰੀਕੇ ਨਾਲ ਤਾਂ ਉਹਦੇ ਵਿੱਚ ਵਰਲਡ ਬੈਂਕ ਨੇ ਬਹੁਤ ਐਕਟਿਵ ਰੋਲ ਪਲੇ ਕਰਨਾ ਸ਼ੁਰੂ ਕਰਤਾ ਦੋਨਾਂ ਦੇਸ਼ਾਂ ਨੇ ਮੰਗ ਰੱਖੀ ਜਿਹੜੀ ਤਾਂ ਪਾਕਿਸਤਾਨ ਦੀ ਮੰਗ ਇਹ ਸੀਗੀ ਕਿ ਮੈਨੂੰ ਪੱਛਮੀ ਦਰਿਆ ਪੂਰੇ ਦੇ ਪੂਰੇ ਦੇ ਦਿੱਤੇ ਜਾਣ ਪੱਛਮੀ ਦਰਿਆ ਤੋਂ ਦਾ ਭਾਵ ਸੀ ਸਿੰਧ ਜੇਲਮ ਤੇ ਚਨਾ ਇਹ ਪੂਰੇ ਦੇ ਪੂਰੇ ਦੇ ਦਿੱਤੇ ਜਾਣ ਤੇ ਪੂਰਬੀ ਦਰਿਆ ਜਿਹੜੇ ਆ ਉਹਦੇ ਚੋਂ 70% ਪਾਣੀ ਸਾਨੂੰ ਦੇ ਦਿੱਤਾ ਜਾ ਭਾਰਤ ਦੀ ਮੰਗ ਇਹਦੇ ਬਿਲਕੁਲ ਉਲਟ ਸੀ ਉਹ ਇਹ ਸੀ ਕਿ ਵੀ ਸਾਨੂੰ ਪੂਰਬੀ ਦਰਿਆ ਸਾਰੇ ਦੇ ਦਿੱਤੇ ਜਾਣ ਤੇ ਪੱਛਮੀ ਦਰਿਆਵਾਂ ਚੋਂ ਸਾਨੂੰ 30% ਪਾਣੀ ਦੇ ਦਿੱਤਾ ਜਾਵੇ ਇਹ ਦੋਨਾਂ ਦਾ ਡਿਸਪਿਊਟ ਚੱਲਦਾ ਰਿਹਾ ਤੇ ਇੱਕ ਗੱਲ ਦੇ ਉੱਤੇ ਇਹਨਾਂ ਦੇ ਉੱਤੇ ਜ਼ੋਰ ਲੱਗ ਰਿਹਾ ਸੀ ਜਿਾ ਸਾਰਾ ਜਿਵੇਂ ਬਾਈ ਪਰੰਜੀਤ ਨੇ ਗੱਲ ਕੀਤੀ ਕਿ ਉਹ ਇਹ ਕਹਿ ਰਹੇ ਸੀਗੇ ਕਿ ਜਿਹੜੀ ਬੇਸਿਨ ਆ ਇਹਨੂੰ ਤੁਸੀਂ ਵੰਡੋ ਨਾ ਇਹਦੀ ਕਲੈਕਟਿਵ ਮੈਨੇਜਮੈਂਟ ਕਰੋ ਕਿਉਂਕਿ ਜੇ ਤੁਸੀਂ ਇਹਨੂੰ ਵੰਡ ਲੋਗੇ ਤਾਂ ਇਹ ਖਰਾਬ ਹੋ ਜਾਊਗਾ ਸਾਰਾ ਸਿਸਟਮ ਇਥੇ ਇਕੋਲੋਜੀਕਲ ਡਿਜ਼ਾਸਟਰਸ ਪੈ ਜਾਣਗੇ ਤੁਸੀਂ ਇਹਨੂੰ ਇਕੱਠੇ ਮਿਲ ਕੇ ਵੰਡੋ ਖੈਰ ਇਹਨਾਂ ਦੀ ਲੜਾਈ ਵਧ ਗਈ ਤੇ ਅੰਗਰੇਜ਼ ਨੇ ਸੋਚਿਆ ਵਰਲਡ ਬੈਂਕ ਨੇ ਸੋਚਿਆ ਕਿ ਇਹਨਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਉਹਨਾਂ ਨੇ ਮੋਟਾ-ਮੋਟਾ ਇਹ ਹੱਲ ਕਰਤਾ ਕਿ ਜਿਹੜੇ ਦਰਿਆ ਕਸ਼ਮੀਰ ਚੋਂ ਨਿਕਲਦੇ ਆ ਜਿਹੜੇ ਦਰਿਆ ਕਸ਼ਮੀਰ ਦੀ ਵੈਲੀ ਚੋਂ ਨਿਕਲਦੇ ਆ ਉਹ ਸਾਰੇ ਪਾਕਿਸਤਾਨ ਨੂੰ ਦੇ ਦਿੱਤੇ ਜਿਹੜੇ ਹਿਮਾਚਲ ਚੋਂ ਨਿਕਲਦੇ ਆ ਉਹ ਭਾਰਤ ਇਧਰ ਪੰਜਾਬ ਨੂੰ ਦੇ ਦਿੱਤੇ ਇਸ ਪਾਸੇ ਨੂੰ ਦੇ ਤੱਕ ਵੀ ਉਹਨਾਂ ਨੇ ਇੱਕ ਥਿਉਰੈਟਿਕਲੀ ਜਿੱਥੇ ਚਿਕਨ neck ਜਾਂ ਪਤਲਾ ਹੁੰਦਾ ਹੈ ਭਾਰਤ ਉੱਥੇ ਇੱਕ ਉਹਨਾਂ ਨੇ ਪਹਿਲਾਂ ਉਹਨੂੰ ਚਿਕਨ neck ਕਹਿੰਦੇ ਸੀ ਅੱਜ ਕੱਲ੍ਹ ਕੁਝ ਹੋਰ ਕਹਿਣ ਲੱਗੇ ਉੱਥੇ ਉਹਨੇ ਉਹਨੇ ਲਾਈਨ ਡਰਾ ਕਰ ਦਿੱਤੀ ਉਹਦੇ ਵਿੱਚੋਂ ਫੇਰ ਇੱਕ ਚੱਕਰ ਪੈ ਗਿਆ ਕਿ ਜਿਹੜਾ ਚਨਾ ਹੈ ਚਨਾ ਦੀਆਂ ਦੋ ਡਿਸਟ੍ਰੀਬਿਊਟਰੀਜ਼ ਭਦਰਾ ਤੇ ਚੰਦਰਾ ਇਹ ਦੋਨੇ ਹਿਮਾਚਲ ਤੋਂ ਨਿਕਲਦੀਆਂ ਸੀ ਇਹ ਕਹਿੰਦੇ ਵੀ ਉਹਦਾ ਉਹਨਾਂ ਪਾਣੀ ਤਾਂ ਸਾਨੂੰ ਦਿਓ ਨਾ 5 ਮਿਲੀਅਨ ਏਕੜ ਫੁੱਟ ਦਾ ਇਹ 1954 ਚ ਪਲਾਨ ਬਣੇ ਉਹ ਉਹ ਕਹਿੰਦੇ ਵੀ ਤੁਹਾਨੂੰ ਲੋੜ ਕੀ ਆ ਤਾਂ ਉਹ ਲੋੜ ਸਥਾਪਿਤ ਕਰਨ ਵਾਸਤੇ 1955 ਦੇ ਵਿੱਚ ਇੱਕ ਐਗਰੀਮੈਂਟ ਲਿਖਿਆ ਗਿਆ ਹੈ ਜਾਂ ਇੱਕ ਲੈਟਰ ਲਿਖੀ ਗਈ ਉਹ ਲੈਟਰ ਜਿਹੜੀ ਸੀ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਵੀ ਰਾਜਸਥਾਨ ਜਿਹੜਾ ਉਹਨੂੰ ਸਾਨੂੰ 8 ਮਿਲੀਅਨ ਏਕੜ ਫੁੱਟ ਪਾਣੀ ਦੇਣਾ ਪਊ ਠੀਕ ਆ ਤੇ ਬਾਕੀ ਪੰਜਾਬ ਨੂੰ 7.92 ਦੇਣਾ ਪਊ ਪੈਪਸੀ ਨੂੰ ਇਹਨਾ ਦੇਣਾ ਪਊ ਤਾਂ ਉਸ ਤਹਿਤ ਇੰਦਰਾ ਗਾਂਧੀ ਕਨਾਲ ਦਾ ਪੁਨਰਜਨਮ ਹੋ ਗਿਆ ਕਿ ਵੀ ਹਿੰਦੁਸਤਾਨ ਉੱਥੋਂ ਦੇਊਗਾ ਉਚਨਾਚ ਉਹ ਨੈਗੋਸ਼ੀਏਸ਼ਨਸ ਚੱਲਦੀਆਂ ਗਿਆ 1960 ਚ ਨੈਗੋਸ਼ੀਏਸ਼ਨਸ ক্লোਜ਼ ਜਦੋਂ ਹੋਈਆਂ ਤਾਂ ਨਹਿਰੂ ਦਾ ਬਿਗੇਸਟ ਬਲੰਡਰ ਰੇ ਸੀਗਾ ਕਿ ਇਹਨੇ ਉਹ 7% ਪਾਣੀ ਜਿਹੜਾ ਚਨਾਚੋਂ ਮਿਲਣਾ ਸੀ 5 ਮਿਲੀਅਨ ਏਕੜ ਫੁੱਟ ਮਿਲਣਾ ਸੀ ਉਹ ਉਹਨੇ ਛੱਡਤਾ ਉਹਨੇ ਉੱਥੇ ਸਾਈਨ ਕਰਤੇ ਘੱਟ ਦੇ ਉੱਤੇ ਉਹਨੇ ਰਾਵੀ ਸਤਲੁਜ ਤੇ ਬਿਆਸ ਦੇ ਉੱਤੇ ਕਰਤੇ ਉਹਦਾ ਜਿਹੜਾ ਸੀਗਾ ਸਭ ਤੋਂ ਪਹਿਲਾ ਜਿਹੜਾ ਉਹਦਾ ਅਸਰ ਪਿਆ ਉਹ ਪਿਆ ਨਹਿਰੂ ਦੇ ਆਦੇ ਪੋਲੀਟੀਕਲ ਕੈਰੀਅਰ ਤੇ ਹਰੀ ਰਾਜਸਥਾਨ ਦੇ ਵਿੱਚ ਇੱਕ ਹਰੀਸ਼ ਚੌਧਰੀ ਹਾਂ ਹਰੀਸ਼ ਚੌਧਰੀ ਨਾ ਦੇ ਲੈਜਿਸਲੇਟਰ ਸੀਗੇ ਇੱਕ ਐਸ ਕੇ ਪਾਟਲ ਆਪਣੇ ਪਾਵਰ ਮਿਨਿਸਟਰ ਹੁੰਦੇ ਸੀ ਇਹਨਾਂ ਸਾਰਿਆਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰਤੀ ਤੇ ਨਹਿਰੂ ਨੂੰ ਕੁਐਸਚਨ ਸ਼ੁਰੂ ਕਰਨਾ ਸ਼ੁਰੂ ਕਰਤਾ ਕਿ ਵੀ ਹੁਣ ਰਾਜਸਥਾਨ ਦੇ ਡੇਜ਼ਰਟਸ ਨੂੰ ਬਲੂਮ ਕਿਵੇਂ ਕੀਤਾ ਜਾਊਗਾ ਨੇ ਉਹ ਉਸ ਪ੍ਰੈਸ਼ਰ ਚ ਆਇਆ ਨਹਿਰੂ ਤਾਂ ਸਭ ਤੋਂ ਜ਼ਿਆਦਾ ਉਹਨੂੰ ਬਾਜਪਾਈ ਨੇ ਘੇਰਿਆ ਪਾਰਲੀਮੈਂਟ ਦੇ ਵਿੱਚ ਤੇ ਉਹ ਬਹੁਤ ਦਬਾਅ ਚ ਆ ਗਿਆ ਤੇ ਉਹਨੇ ਪ੍ਰਤਾਪ ਸਿੰਘ ਕਹਿ ਰਹੇ ਤੋਂ ਇੱਥੇ ਪੰਜਾਬ ਦੇ ਵਿੱਚ ਇਹ ਸਟੇਟਮੈਂਟ ਦਵਾਈ ਕਿ ਵੀ ਇਹ ਨਹਿਰ ਅਸੀਂ ਕਿਸੇ ਕੀਮਤ ਤੇ ਵੀ ਕੱਢਾਂਗੇ ਜਦੋਂ ਇੰਜੀਨੀਅਰਸ ਨੇ ਕਿਹਾ ਕਿ ਇਹ ਨਹਿਰ ਨਹੀਂ ਨਿਕਲ ਸਕਦੀ ਉਹ ਕਹਿੰਦਾ ਵੀ ਜੇ ਤੈ ਧਰਤੀ ਦੇ ਹੇਠਾਂ ਮੈਨੂੰ ਸੋਨੇ ਦੀ ਤਾਂ ਪਲੇਟਿਨਮ ਵੀ ਲਾਉਣਾ ਪਵੇ ਨਾ ਫਿਰ ਵੀ ਇਹ ਕੱਢਾਂਗੇ ਅਸੀਂ ਨਾ ਤਾਂ ਇਹ ਨਹਿਰ ਕੱਢੀ ਗਈ ਇਹ ਨਹਿਰ ਦੇ ਕਈ ਕਾਰਨ ਸੀ ਇੱਕ ਇਹ ਪਾਣੀ ਲੈ ਜਾਂਦੀ ਆ ਦੂਜੀ ਇਹ ਇੱਕ ਆਰਟੀਫੀਸ਼ਲ ਡਿਫੈਂਸ ਵੀ ਕ੍ਰੀਏਟ ਕਰਦੀ ਆ ਪਾਕਿਸਤਾਨ ਦੇ ਆਰਮਡ ਅਟੈਕ ਤੋਂ ਇੰਡੀਆਸ ਦੇ ਇਹ ਨਹਿਰ ਚੱਲ ਪਈ ਇਹ ਨਹਿਰ ਦੇ ਵਿੱਚੋਂ ਮੈਕਸਿਮਮ ਪਾਣੀ ਜਿਹੜਾ ਅੱਜ ਤੱਕ ਗਿਆ ਹੈ ਜਿਹੜਾ ਇਰਾਡੀ ਪੈਨਲ ਕਮਿਸ਼ਨ ਦੀ ਰਿਪੋਰਟ ਆ ਉਹ ਹੈਗਾ 4.95 ਮਿਲੀਨ ਐਕਰ ਫੁੱਟ ਤੁਸੀਂ 5 ਮਿਲੀਨ ਐਕਰ ਫੁੱਟ ਲਾ ਲਓ ਵੈਸੇ ਜੋ ਲਿਖਤ ਦੇ ਵਿੱਚ ਆ ਉਹ ਕਿ 8 ਮਿਲੀਨ ਐਕਰ ਫੁੱਟ ਤੱਕ ਇਹਦੇ ਵਿੱਚ ਦੀ ਪਾਣੀ ਜਾ ਸਕਦਾ ਹੈ ਤਾਂ ਆਪਣਾ ਡਿਸਪਿਊਟ ਪਾਣੀ ਦਾ ਇੱਥੋਂ ਸ਼ੁਰੂ ਹੋ ਗਿਆ ਕਿ ਇਹ ਪਾਣੀ ਉੱਥੋਂ ਮਿਲਿਆ ਨਹੀਂ ਚਨਾ ਦੇ ਵਿੱਚੋਂ ਤੇ ਪੰਜਾਬ ਦੇ ਹਿੱਸੇ ਦੇ ਵਿੱਚੋਂ ਉਹਨਾਂ ਨੇ ਆਦਾ ਪੋਲਿਟੀਕਲ ਕੈਰੀਅਰ ਆਪਦੇ ਬਸਤੀਵਾਦੀ ਮੁਫਾਦਿਆਂ ਵਾਸਤੇ ਹੈ ਉਹਨਾਂ ਨੇ ਪੰਜਾਬ ਦਾ ਇਹ ਪਾਣੀ ਲੁੱਟ ਕੇ ਰਾਜਸਥਾਨ ਨੂੰ ਦੇਤਾ ਉਸੇ ਬਾਅਦ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਹਰਿਆਣੇ ਨੂੰ 1955-56 ਚ ਕਮੇਟੀ ਬਣੀ ਸੀ ਜਿਹੜੇ ਹਰਿਆਣੇ ਦਾ ਹੁਣ ਐਸਵਾਈਐਲ ਦਾ ਝਗੜਾ ਹੈ ਉੱਥੇ ਬਹੁਤ ਘੱਟ ਪਾਣੀ ਜਾਣਾ ਸੀ ਉਦੋਂ ਲੈਰੀ ਸਿੰਘ ਮਨਿਸਟਰ ਹੁੰਦੇ ਸੀ ਇਰੀਗੇਸ਼ਨ ਦੇ ਉਹਨਾਂ ਨੇ ਖੁਦੋਂ ਸਾਈਨ ਕੀਤਾ ਕਿ ਸਿਰਫ ਹਰਿਆਣੇ ਨੂੰ 2.92 ਮਿਲੀਅਨ ਏਕੜ ਫੁੱਟ ਸਾਰਾ ਜਾਣਾ ਤੇ ਉਹਦੇ ਇਲਾਵਾ ਬਾਕੀ ਪਾਣੀ ਹਰਿਆਣਾ ਯਮਨਾ ਚ ਲਊਗਾ ਪਰ ਜਿਵੇਂ ਜਿਵੇਂ ਪੰਜਾਬੀ ਮੋਰਚੇ ਦੀ ਡਿਮਾਂਡ ਵਧਦੀ ਗਈ ਤਾਂ ਦੁਬਾਰਾ ਉਹ ਕਮੇਟੀ ਦਾ ਪੁਨਰਗਠਨ ਹੋਇਆ ਤਾਂ ਉਹ 2.9 ਜਾਂ 3 ਮਿਲੀਅਨ ਏਕੜ ਫੁੱਟ ਵਧਾ ਕੇ 8 ਮਿਲੀਅਨ ਏਕੜ ਫੁੱਟ ਕਰ ਦਿੱਤਾ ਗਿਆ ਹਰਿਆਣੇ ਵਾਸਤੇ ਠੀਕ ਹੈ ਤਾਂ ਕਿ ਵੀ ਇਹ ਹੋ ਜੇ ਕਿ ਜੇ ਕਿਤੇ ਪੰਜਾਬੀ ਸੂਬਾ ਦੇਣਾ ਪਾਵੇ ਤਾਂ ਇੰਨਾ ਕੁ ਪਾਣੀ ਤਾਂ ਖਿੱਚ ਲਾਂਗੇ ਅਸੀਂ ਇਹ ਸਾਰੇ ਨੂੰ ਸੋਲਵ ਕਰਨ ਵਾਸਤੇ ਇਹ ਸਥਾਰਾ ਪੱਕਾ ਰਹਿ ਜੇ ਤਾਂ ਕਲੌਜ਼ ਪਾਏਗੇ 78 79 80 ਮੋਟਾ-ਮੋਟਾ ਮੈਂ ਤੁਹਾਨੂੰ ਇਹ ਸਫਰ ਤਾਂ ਕਰਵਾਇਆ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਜਿੰਨੀ ਦੇਰ ਪੰਜਾਬ ਦੀ ਆਪ ਦੀ ਕੇਂਦਰਤ ਆਪਦੀ ਪਾਲਿਸੀ ਨਹੀਂ ਹੋਊਗੀ ਵਾਟਰਸ ਬਾਰੇ ਜਿੰਨੀ ਦੇਰ ਪੰਜਾਬ ਆਪਦੇ ਪਾਣੀਆਂ ਬਾਰੇ ਆਪ ਫੈਸਲੇ ਨਹੀਂ ਲਰੋਗਾ ਤੇ ਚਾਹੇ ਅੰਗਰੇਜ਼ ਆ ਜੇ ਤੇ ਚਾਹੇ ਮੌਜੂਦਾ ਸਰਕਾਰ ਆ ਜੇ ਤੁਹਾਡੇ ਪਾਣੀ ਦੀ ਲੁੱਟ ਆਈ ਹੁੰਦੀ ਰਹੂਗੀ ਜੇ ਪਾਣੀ ਦੀ ਲੁੱਟ ਹੁੰਦੀ ਰਹੂਗੀ ਤਾਂ ਪਾਣੀ ਦਾ ਜਿਹੜਾ ਹੈਗਾ ਤੁਸੀਂ ਪਲੀਤ ਹੋਣਾ ਵੀ ਨਹੀਂ ਬਚਾ ਸਕਦੇ ਬਿਕੋਜ਼ ਤੁਹਾਡੇ ਕੋਲ ਪਹਿਲਾਂ ਹੀ ਸ਼ਾਰਟੇਜ ਆ ਤੁਸੀਂ ਪਤਾ ਨਹੀਂ ਕੀ ਕੀ ਕਰੋਗੇ ਉਸ ਨਾਲ ਸੋ ਇਹ ਪਲੀਤ ਹੋਣਾ ਤੁਹਾਡੇ ਇੰਟਰਨਲ ਕੰਟਰੋਲ ਚ ਆ ਦੂਰ ਉਪਯੋਗ ਜਿਹੜਾ ਉਸ ਅੱਧਾ ਕੰਦਰ ਇੰਟਰਨਲ ਕੰਟਰੋਲ ਚਾ ਅੱਧਾ ਭਾਰਤ ਦੀ ਫੂਡ ਸਿਕਿਉਰਿਟੀ ਕਰਕੇ ਤੁਹਾਨੂੰ ਝੋਨਾ ਦੀ ਬੀਜ ਨੂੰ ਹਟਾਉਣਗੇ ਹੋ ਤੇ ਝੋਨਾ ਹੀ ਨਹੀਂ ਬੀਜ ਨੂੰ ਹਟਾਉਣਗੇ ਐਤ ਕੀ ਵਾਰ ਉਹਨਾਂ ਨੇ ਤੁਹਾਨੂੰ ਮੂੰਗੀ ਵੀ ਲਵਾਈ ਆ ਉਹ ਇਸ ਕਰਕੇ ਆ ਕਿ ਭਾਰਤ ਦੇ ਆਂਕੜੇ ਚ ਜੋ ਮਰਜੀ ਕਹੀ ਜਾਂ ਨੀਤੀ ਉਦਯੋਗ ਦੇ ਪਰ ਮੋٹے ਤੌਰ ਤੇ ਪੰਜਾਬ ਭਾਰਤ ਦੇ ਵਿੱਚ ਜੋ ਖਪਤ ਆ ਹਰ ਸਾਲ ਦੀ ਕਣਕ ਦੀ ਉਹਦੇ ਨਾਲੋਂ 10% ਲੈਸ ਕਣਕ ਪ੍ਰੋਡਿਊਸ ਹੋ ਰਹੀ ਆ ਸੋ ਰਿਜ਼ਰਵਸ ਥੱਲੇ ਜਾ ਰਹੇ ਆ ਉਦਾ ਇੱਕ ਸਿੱਧਾ ਸਿੱਧਾ ਉਦਾਹਰਣ ਹੈ ਕਿ ਐਤਕੀ ਵਾਰ ਜਦੋਂ ਕਣਕ ਦਾ ਦਾਣਾ ਸ਼੍ਰਿੰਕ ਹੋਇਆ ਤਾਂ ਪਿਊਸ਼ ਗੋਇਲ ਨੇ ਮੀਟਿੰਗ ਬੁਲਾ ਕੇ ਸਾਰੀ ਰੀਡਿਸਟ੍ਰਿਬਿਊਸ਼ਨ ਕੀਤੀ ਜਿੱਥੇ ਪਹਿਲਾਂ 60% ਦੀ ਕਣਕ ਜਾਂਦੀ ਸੀ ਉਹਨਾਂ ਰਾਜਾਂ ਨੂੰ 60% ਦੀ ਚੌਲ ਦੇਣੇ ਪਏ ਉਹਨਾਂ ਤੇ ਦੂਸਰੀ ਉਹਨਾਂ ਦੀ ਪ੍ਰੋਬਲਮ ਹੁਣ ਨਾਲ ਖੜੀ ਹੋ ਗਈ ਕਿ ਜਿਵੇਂ ਮਿਡਲ ਕਲਾਸ ਸਟਰੋਂਗ ਹੋ ਰਹੀ ਆ ਤਾਂ ਧਾਲਾਂ ਦੀ ਖਪਤ ਵੀ ਵਾਧ ਗਈ ਆ ਸੋ ਉਹਨਾਂ ਨੂੰ ਧਾਲਾਂ ਵੀ ਚਾਹੀਦੀਆਂ ਤੇ ਉਹ ਵਿੱਚ ਆਪਣਾ ਕਣਕ ਵੀ ਚਾਹੀਦੀ ਆ ਸੋ ਉਹ ਫੂਡ ਸਿਕਿਉਰਿਟੀ ਕਰਕੇ ਜੇ ਆਪਾਂ ਇਹ ਸੋਚੀਏ ਕਿ ਸਾਡਾ ਦੁਰਉਪਯੋਗ ਅਸੀਂ ਇੱਥੇ ਕਿਸੇ ਨੂੰ ਹਲਾ ਕੇ ਖਤਮ ਕਰ ਦਾਂਗੇ ਉਹ ਨਹੀਂ ਹੋਊਗਾ ਕਿਉਂਕਿ ਕੀਮਤਾਂ ਜਾਂ ਪਾਲਿਸਿਜ਼ ਐਸੀ ਆਉਣੀਆਂ ਜਿਹੜੀਆਂ ਉਸ ਪ੍ਰੋਡਕਸ਼ਨ ਨੂੰ ਇਨਸੈਂਟਿਵੇਸ ਕਰਨੀਆਂ ਤੇ ਜਿਹੜਾ ਪੂੰਜੀਵਾਦ ਆ ਉਹ ਚੀਜ਼ ਨੂੰ ਇਨਸੈਂਟਿਵੇਸ ਕਰਕੇ ਚਲਾ ਲੈਂਦਾ ਕਿਸਾਨ ਮਜਬੂਰੀ ਨਾਲ ਉਹਦਾ ਤੋ ਇੱਕ ਪਾਸੇ ਉਹਨੂੰ ਕਰਜ਼ਾਈ ਕਰ ਦੋ ਇੱਕ ਪਾਸੇ ਉਹਨੂੰ ਡਰ ਵਿਖਾ ਦੋ ਤੇ ਦੂਜੇ ਪਾਸੇ ਉਹਨੂੰ ਲਾਲਚ ਦੇ ਦੋ ਤੇ ਉਹਦੇ ਕੋਲੇ ਰਸਤਾ ਹੀ ਕੋਈ ਨਹੀਂ ਉਹ ਜਾਊਗਾ ਹੀ ਜਾਊਗਾ ਉਹਨੂੰ ਜੇ ਨਹੀਂ ਜਾਊਗਾ ਤਾਂ ਜ਼ਮੀਨ ਖੋਸ ਜੀਊਗੀ ਸੋ ਤੁਹਾਡੇ ਕੋਲੇ ਆਪਸ਼ਨਸ ਘੱਟਦੀਆਂ ਯਾਰ ਤਾਂ ਉਹ ਉਹ ਉਹਨਾਂ ਦੀ ਇੱਕ ਉਹ ਤੁਹਾਡੇ ਤੇ ਇੱਕ ਉਹ ਮਤਲਬ ਜਿਹੜੀ ਭਾਰਤ ਦੀ ਆਪ ਦੀ ਜ਼ਰੂਰਤ ਆ ਉਹ ਕਰਦੀ ਆ ਹੁਣ ਇਹ ਕਿਉਂ ਕਰਦੀ ਆ ਆਪਾਂ ਇਹ ਕਿਵੇਂ ਐਡਾ ਵੱਡਾ ਹਿੰਦੁਸਤਾਨ ਪਿਆਇਆ ਤਾਂ ਆਪ ਹੀ ਪ੍ਰੋਡਿਊਸ ਕਰ ਲੈਣ ਇਹ ਨਹੀਂ ਕਿ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਜਦੋਂ ਭਾਖੜਾ ਨੰਗਲ ਡੈਮ ਦੀ ਪ੍ਰੋਜੈਕਟ ਬਣਾਇਆ ਉਸੇ ਸਮੇਂ ਉਹਨਾਂ ਨੇ ਦਮੋਦਰ ਵੈਲੀ ਪ੍ਰੋਜੈਕਟ ਵੀ ਬਣਾਇਆ ਉਹਨਾਂ ਨੇ ਹੋਰ ਵੀ ਪ੍ਰੋਜੈਕਟ ਬਣਾਏ ਪਰ ਕਿਤੇ ਵੀ ਇੰਨੀ ਪ੍ਰੋਡਕਟਿਵਿਟੀ ਨਹੀਂ ਨਿਕਲੀ ਉਹ ਪ੍ਰੋਡਕਟਿਵਿਟੀ ਇਕੱਲੀ ਲੈਂਡ ਦਾ ਫੈਕਟਰ ਨਹੀਂਗਾ ਉਹ ਪ੍ਰੋਡਕਟਿਵਿਟੀ ਇਸ ਹਿਊਮਨ ਰਿਸੋਰਸ ਦਾ ਫੈਕਟਰ ਆ ਜਿਹੜਾ ਬੰਦਾ ਕੰਮ ਕਰਦਾ ਜਿਵੇਂ ਮ ਕਿ ਉਸੇ ਗੰਗ ਕਨਾਲ ਦੇ ਪ੍ਰੋਜੈਕਟ ਦੇ ਉੱਤੇ ਉਹ ਜ਼ਮੀਨਾਂ ਵੀ ਪਈਆਂ ਜਿਹੜੀਆਂ 1980 1990 ਤੱਕ ਟਿੱਬੇ ਰਹਿ ਗਏ ਸੀ ਤੇ ਦੂਜੀਆਂ ਉਹ ਜ਼ਮੀਨਾਂ ਵੀ ਆ ਜਿਹੜੀਆਂ ਉੱਥੋਂ ਗਏਆਂ ਲੋਕਾਂ ਨੇ ਵਾਹ ਕੇ ਪੱਧਰ ਕਰਕੇ ਬਹੁਤ ਸੋਹਣੀਆਂ ਬਣਾਤੀਆਂ ਇਹ ਹਾਲ ਤੁਸੀਂ ਫਾਜ਼ਲ ਕਾਬੋਰ ਦੇ ਇਲਾਕੇ 'ਚ ਵੀ ਵੇਖੋਗੇ ਬਹੁਤ ਜ਼ਿਆਦਾ ਜਿਹੜੇ ਸਿੱਖਾਂ ਦੇ ਪਿੰਡ ਸੀ ਉਹ ਬਿਹਤਰ ਹੋ ਗਏ ਸੀ ਦੂਜੇ ਪਿੰਡ ਕਮਜ਼ੋਰ ਰਹੇ ਠੀਕ ਹੈ ਇਹ ਇਹ ਇੱਕ ਨੈਚੁਰਲ ਫੀਨੋਮਨਾ ਹੈ ਇਹ نسل ਦਾ ਫਰਕ ਆ ਜਿਹੜਾ ਕਿ ਇਹ ਇਹ ਪ੍ਰੋਡਕਟਿਵਟੀ ਦਾ ਹੁੰਦਾ ਹੈ ਦੂਸਰੀ ਕੀ ਗੱਲ ਹੁੰਦੀ ਆ ਕਿ ਇੰਗਲੈਂਡ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀ ਉਦੋਂ ਮਾਲਥਸ ਨੇ ਕਿਹਾ ਸੀਗਾ ਕਿ ਜਦੋਂ ਪੋਪੂਲੇਸ਼ਨ ਬਹੁਤ ਵੱਧ ਜੂ ਸਾਨੂੰ ਪ੍ਰੋਬਲਮ ਆ ਜਾਊਗੀ ਤਾਂ ਉਹਨਾਂ ਨੇ ਇਹਦਾ ਇਹ ਹੱਲ ਕੱਢਿਆ ਸੀ ਕਿ ਜਦੋਂ ਪੋਪੂਲੇਸ਼ਨ ਵਧੂਗੀ ਤਾਂ ਜਿਹੜਾ ਕੈਪੀਟਲਿਸਟ ਆ ਪੂੰਜੀਵਾਦੀ ਆ ਉਹਨੂੰ ਇੱਕ ਸਸਤੀ ਲੇਬਰ ਵੀ ਤਾਂ ਮਿਲੂਗੀ ਨਾ ਬਟ ਜਦੋਂ ਲੇਬਰ ਸਸਤੀ ਮਿਲਦੀ ਆ ਤਾਂ ਲੇਬਰ ਨੂੰ ਸਸਤੀ ਰੱਖਣ ਵਾਸਤੇ ਉਹਨੂੰ ਸਸਤਾ ਖਾਣਾ ਦੇਣਾ ਪੈਂਦਾ ਜੇ ਉਹਦਾ ਖਾਣੇ ਦਾ ਖਰਚਾ ਬਹੁਤ ਵੱਧ ਜਾਂਦਾ ਤਾਂ ਉਹਨੀ ਲੇਬਰ ਮਹਿੰਗੀ ਹੋ ਗਈ ਘੱਟੋ ਘੱਟ ਉਹਨੂੰ ਖਾਣਾ ਤਾਂ ਦੇਓਗੇ ਨਾ ਤੁਸੀਂ ਤਾਂ ਉਹਨਾਂ ਨੇ ਫੇਰ ਨਵੀਆਂ ਲੈਂਡਸ ਨੂੰ ਅਕਵਾਇਰ ਕਰਨਾ ਸ਼ੁਰੂ ਕੀਤਾ ਤੇ ਨਵੀਆਂ ਆਬਾਦ ਕਰਨੀਆਂ ਸ਼ੁਰੂ ਕੀਤੀਆਂ ਪਰ ਉੱਥੇ ਇੱਕ ਪੈਕਿਉਲਰ ਚੀਜ਼ੇ ਨਿਕਲੀ ਕਿ ਜਿਹੜੀ ਪ੍ਰਾਣੀ ਪ੍ਰੋਡਕਟਿਵ ਲੈਂਡ ਹੁੰਦੀ ਹੈ ਜਿਹਦੀ ਅਲੀਵੀਅਲ ਸੋਇਲ ਚੰਗੀ ਹੁੰਦੀ ਹੈ ਜਿੱਥੇ ਦਰਿਆਵਾਂ ਨੇ ਧਰਤੀ ਆਪਦੀ ਗਿਲ ਨਾਲ ਬਣਾਈ ਹੁੰਦੀ ਆ ਉੱਥੇ ਪ੍ਰੋਡਕਸ਼ਨ ਬਹੁਤ ਗੁਣਾ ਹਾਈ ਹੁੰਦੀ ਆ ਤੇ ਜਦੋਂ ਤੁਸੀਂ ਨਵੀਂ ਜ਼ਮੀਨ ਦੇ ਉੱਤੇ ਖੇਤੀ ਕਰਦੇ ਹੋ ਟਿੱਬਿਆਂ 'ਚ ਜਾ ਕੇ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉੱਥੇ ਪ੍ਰੋਡਕਸ਼ਨ ਦੀ ਕਾਸਟ ਵਧਨ ਕਰਕੇ ਕਿਉਂਕਿ ਕਿੱਲੇ 'ਚ ਪ੍ਰੋਡਕਸ਼ਨ ਘੱਟ ਨਿਕਲੀ ਤਾਂ ਪ੍ਰੋਡਕਸ਼ਨ ਦੀ ਕਾਸਟ ਵਧਨ ਕਰਕੇ ਜਿਹੜੇ ਉਹ ਇੱਕ ਜਿਹੜੀ ਦੂਜੀ ਫਸਲ ਹੁੰਦੀ ਆ ਉਹਦੇ ਵੀ ਕੀਮਤ ਵਧਾਉਣੀ ਪੈਂਦੀ ਆ ਤਾਂ ਓਵਰਆਲ ਨੁਕਸਾਨ ਹੋ ਜਾਂਦਾ ਹੈ ਡਿਵੈਲਪ ਕਰਨ ਦਾ ਉਹ ਇਲਾਕਾ ਸੋ ਇਸੇ ਇਹਦੇ ਨਾਲ ਕੀ ਹੈ ਕਿ ਜਦੋਂ ਹੁਣ ਤੁਸੀਂ ਰਾਜਸਥਾਨ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਲੈਕ ਆਫ ਪ੍ਰੋਡਕਟਿਵਿਟੀ ਕਰਕੇ ਲੈਕ ਆਫ ਐਫੀਸ਼ੀਐਂਸੀ ਕਰਕੇ ਟੋਟਲ ਫੂਡ ਗ੍ਰੇਨ ਪ੍ਰਾਈਸ ਅਪ ਹੋਣ ਦਾ ਡਰ ਆ ਜਿਹਨੂੰ ਤੁਸੀਂ ਸਬਸਿਡੀਆਂ ਨਾਲ ਜਾਂ ਐਮਐਸਪੀਜ਼ ਨਾਲ ਜਾਂ ਹੋਰ ਤਰੀਕਿਆਂ ਨਾਲ ਜਾਂ ਡਾਇਵਰਸ਼ਨਸ ਕਰ ਕਰਕੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਮਤਲਬ ਮਾਰਕੀਟ ਨੂੰ ਡਿਸਟੋਰਟ ਕਰਦੇ ਹੋ ਜਿਹੜੇ ਕਿ ਲੰਬੇ ਸਮੇਂ ਤੱਕ ਚੱਲ ਨਹੀਂ ਸਕਦੀ ਹੁੰਦੀ ਕਿਸੇ ਵੀ ਇਕਨੋਮੀ ਦੇ ਵਿੱਚ ਸਪੈਸ਼ਲੀ ਜਦੋਂ ਤੁਸੀਂ ਮਾਰਕੀਟ ਇਕਨੋਮੀ ਵਿੱਚ ਆ ਗਏ ਹੋ ਸੋ ਇਹ ਮੋਟਾ-ਮੋਟਾ ਰੀਜ਼ਨ ਆ ਕਿ ਇਹ ਚੀਜ਼ ਨਹੀਂ ਬਦਲੀ ਜਾ ਸਕਦੀ ਹੁਣ ਆਪਾਂ ਆਉਣੇ ਆ ਕਿ ਕੀ ਸਾਡਾ ਪਾਣੀ ਸਾਨੂੰ ਵਾਪਸ ਮਿਲ ਸਕਦਾ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਜੇ ਅਸੀਂ ਆਧਿਆਰਥਿਕਤਾ ਨੂੰ ਰੱਖਣਾ ਹੈ ਜੇ ਅਸੀਂ ਆਪ ਦੇ ਸਿਸਟਮ ਨੂੰ ਚੰਗਾ ਰੱਖਣਾ ਹੈ ਇਥੇ ਜੇ ਅਸੀਂ ਪੰਜਾਬ ਦੀ ਇਕੋਲੋਜੀ ਇਹ ਖੇਤੀ ਕਰਦੇ ਹੋਏ ਇਕੋਲੋਜੀ ਨਹੀਂ ਖਤਮ ਕਰਨੀ ਜਾਂ ਮਾਈਨਰਜੀ ਡਾਇਵਰਸੀਫਿਕੇਸ਼ਨ ਕਰਨੀ ਆ ਤਾਂ ਕੀ ਇਹ ਸਾਨੂੰ ਇਹ ਪਾਣੀ ਜਿਹੜਾ ਸਾਡਾ ਖੋਇਆ ਜਾ ਚੁੱਕਿਆ ਹੈ ਜਾਂ ਸਾਡੇ ਤੋਂ ਜਾਂਦਾ ਹੈ ਕੀ ਸਾਨੂੰ ਮਿਲ ਸਕਦਾ ਉਹਦੇ ਰਾਹ ਕੀ ਆ ਉਹਦੇ ਵਿੱਚ ਜਿੱਥੇ ਤਾਂ ਇੱਕ ਆ ਕਿ ਪੋਲਿਟਿਕਲ ਮਫਾਦ ਹੁੰਦੇ ਆ ਲੋਕੀ ਪੋਲਿਟਿਕਸ ਕਰਦੇ ਆ ਤੇ ਵੀ ਉਹ ਚੱਕਣ ਦੀ ਕੋਸ਼ਿਸ਼ ਕਰਦੇ ਆ ਇਸ਼ੂਸ ਉਦੋਂ ਜਦੋਂ ਉਹਨਾਂ ਨੂੰ ਪੋਲਿਟਿਕਲ ਲਾਹੇ ਹੁਣ ਉਹਦੀ ਬਜਾਏ ਸਭ ਤੋਂ ਪਹਿਲੀ ਪ੍ਰੋਬਲਮ ਆ ਕਿ ਸਾਡੇ ਮਾਈਂਡਸੈਟ ਦਾ ਇਸ਼ੂ ਆ ਮਾਈਂਡਸੈਟ ਦੇ ਇਸ਼ੂ ਆ ਕਿ ਜਦੋਂ ਵੀ ਕਦੀ ਗੱਲ ਹੁੰਦੀ ਆ ਨੇਤਾ ਕੋਈ ਵੀ ਗੱਲ ਕਰਦਾ ਪਾਰਟੀ ਕੋਈ ਵੀ ਗੱਲ ਕਰਦੀ ਉਹ ਕਹਿੰਦੀ ਜੀ ਟ੍ਰਿਬਿਊਨਮ ਲਾ ਲਓ ਵੰਡ ਸਹੀ ਕਰ ਦਿਓ ਸਾਡੇ ਵੰਡ ਕਿਸ ਗੱਲ ਦੀ ਕਰਦੀ ਹੈ ਵੰਡ ਤਾਂ ਚੀਜ਼ ਤਾਂ ਸਾਡੀ ਆ ਸੋ ਇਹ ਪਹਿਲਾ ਜਿਹੜਾ ਸੰਘਰਸ਼ ਹੋਣਾ ਚਾਹੀਦਾ ਜਿਹੜਾ ਸਿਵਲ ਸੁਸਾਇਟੀਆਂ ਨੂੰ ਇੱਥੋਂ ਦੇ ਲੋਕਾਂ ਨੂੰ ਆਪਣਾ ਕਰਨ ਦੀ ਲੋੜ ਆ ਜਾਂ ਵੰਡਣ ਦੀ ਲੋੜ ਆ ਉਹ ਇਹ ਆ ਕਿ ਅਸੀਂ ਪਹਿਲਾਂ ਆਪਦੇ ਪਾਣੀ ਨੂੰ ਆਪਦਾ ਪਾਣੀ ਕਹਿਣ ਲੱਗੀਏ ਪਹਿਲਾਂ ਸਾਡੇ ਜਿਹੜੇ ਸਾਡਾ ਜਿਹੜਾ ਡਾਇਲੌਗ ਆ ਜਾਂ ਜਿਹੜਾ ਸਾਡਾ ਕਮਿਊਨੀਕੇਸ਼ਨ ਆ ਉਹਦੇ ਵਿੱਚ ਪੰਜਾਬ ਦਾ ਪਾਣੀ ਪੰਜਾਬ ਦਾ ਕਹਿਣ ਲੱਗਣ ਘੱਟੋ-ਘੱਟ ਸਾਡੀ ਲੈਜਿਸਲੇਟੇਰ ਜਾਂ ਵਿਧਾਨ ਸਭਾ ਤਾਂ ਇਹ ਕਵੇ ਨਾ ਕਿ ਇਹ ਪਾਣੀ ਸਾਡਾ ਹੈ ਹੁਣ ਦੱਸੋ ਇਹਦੇ ਨਾਲ ਅਸੀਂ ਕਿਵੇਂ ਕਰਨਾ ਸੈਕੰਡ ਚੀਜ਼ ਇਹ ਹੈ ਕਿ ਵੀ ਜਦੋਂ ਅਸੀਂ ਕਹਿੰਨੇ ਆ ਵੀ ਇਹ ਪਾਣੀ ਰੋਕ ਦਿਓ ਹਨਾ ਰਾਜਸਥਾਨ ਦਾ ਪਾਣੀ ਰੋਕ ਦਿਓ ਫਲਾਨਾ ਤਾਂ ਸਾਨੂੰ ਇੱਕ ਮੋਰਲ ਪ੍ਰੈਸ਼ਰ ਵੀ ਆਉਂਦਾ ਕਿ ਵੀ ਉਹਨਾਂ ਨੂੰ ਪਾਣੀ ਜਾ ਰਿਹਾ ਤੇ ਖਤਮ ਹੋ ਜਾਣਾ ਹਾਲਾਂਕਿ ਉਹਦਾ এনवायरमेंटਲ ਨੁਕਸਾਨ ਵੀ ਬਹੁਤ ਆ ਕਿ ਜਦੋਂ ਰਾਜਸਥਾਨ ਨੂੰ ਪਾਣੀ ਜਾਂਦਾ ਤਾਂ ਉੱਥੇ ਗ੍ਰੀਨਰੀ ਹੋਊਗੀ ਆਪਾਂ ਸਾਰਿਆਂ ਨੇ ਸਾਇੰਸ ਪੜ੍ਹੀ ਐ ਨਹੀਂ ਕਿ ਵੀ ਜੇ ਉੱਥੇ ਗ੍ਰੀਨਰੀ ਹੋਊਗੀ ਉਹ ਡੇਜ਼ਰਟ ਹੋਣ ਕਰਕੇ ਹੀ ਪੰਜਾਬ 'ਚ ਬਾਰਿਸ਼ ਹੁੰਦੀ ਆ ਜੇ ਉੱਥੇ ਗ੍ਰੀਨਰੀ ਹੋਊਗੀ ਤਾਂ ਬਾਰਿਸ਼ ਉੱਥੇ ਹੋਊਗੀ ਤੇ ਆਪਾਂ ਹੋਰ ਡੇਜ਼ਰਟ ਹੋਵਾਂਗੇ ਮਤਲਬ ਪਾਣੀ ਵੀ ਗਿਆ ਤੇ ਮੀਂਹ ਵੀ ਜਾਊਗਾ ਤੇ ਉਹ ਜਦੋਂ ਰੋਕਦੇ ਆ ਤਾਂ ਕੀ ਰਾਜਸਥਾਨ ਕੋਲੇ ਕੋਈ ਹੋਰ ਆਪਸ਼ਨਸ ਹੈਗੀਆਂ ਰਾਜਸਥਾਨ ਕੋਲੇ ਮੋٹے-ਮੋਟੇ ਦੋ ਆਪਸ਼ਨਸ ਆ 1999 ਦੇ ਵਿੱਚ ਇੱਕ ਪਾਲਿਸੀ ਬਣੀ ਸੀ ਜਿਹੜੀ ਕਿ ਗੰਗਾ ਜਮਨਾ ਸ਼ਾਰਦਾ ਗੰਗਾ ਜਮਨਾ ਤਿੰਨਾਂ ਚੋਂ ਲਿੰਕ ਹੁੰਦੀ ਹੋਈ ਨਹਿਰ ਉਹਨਾਂ ਨੇ ਰਾਜਸਥਾਨ ਨੂੰ ਦੀ ਇੰਦਰਾ ਗਾਂਧੀ ਕਨਾਲ ਨਾਲ ਜੋੜਨੀ ਸੀ ਉਹਨਾਂ ਚੋਂ ਉਹਨੂੰ ਪਾਣੀ ਮਿਲ ਸਕਦਾ ਜੇ ਅੱਜ ਪਹਿਲੀ ਗੱਲ ਅੱਠ ਦਾ ਉਹਨੂੰ ਪਹਿਲਾਂ 5 ਤੇ ਪੱਕਾ ਕਰੋ 5 ਤੇ ਵੈਸੇ 2005 ਦੇ ਜਿਹੜਾ ਆਪਾਂ ਪਾਸ ਹੋਇਆ ਲੈਜਨਡ ਨੂੰ ਪੱਕਾ ਹੋ ਗਿਆ ਕਿਹਾ ਜਾ ਸਕਦਾ ਹੈ ਉੱਥੇ ਡਿਸਪਿਊਟ ਹੋ ਸਕਦਾ ਪਰ 2000 ਉਦੋਂ 5 ਤੋਂ ਘਟਾ ਕੇ ਉਹਨੂੰ 1 ਜਾਂ 1.5 ਤੇ ਕਹੋ ਕਿ ਹਾਂਜੀ ਪੀਣ ਨੂੰ ਤੇ ਹੋਰ ਚੀਜ਼ਾਂ ਨੂੰ ਅਸੀਂ ਪ੍ਰੋਬਲਮ ਨਹੀਂ ਆਉਣ ਦਿੰਦੇ ਇਹਨਾਂ ਨੂੰ ਬਾਕੀ ਪਾਣੀ ਤੁਸੀਂ ਉਧਰ ਰੋਖੇ ਚਲੋ ਤੇ ਉਹ ਸਟੈਗਰਡ ਸਮੇਂ ਨਾਲ ਵੀ 5 ਸਾਲਾਂ ਦੇ ਵਿੱਚ ਇਹ ਨਹਿਰ ਬਣਾ ਲਓ ਤਿੰਨਾਂ ਚ ਬਣਾ ਲਓ ਤੁਸੀਂ ਤੇ ਤਿੰਨਾਂ ਸਾਲਾਂ ਬਾਅਦ ਅਸੀਂ ਘਟਾਉਣਾ ਸ਼ੁਰੂ ਕਰ ਦਾਂਗੇ ਤੁਸੀਂ ਵਧਾਉਣਾ ਸ਼ੁਰੂ ਕਰਨਾ ਤਾਂ ਉਧਰੋਂ ਪਾਣੀ ਮਿਲ ਜਾਊਗਾ ਇੱਕ ਤਰੀਕਾ ਇਹ ਆ ਦੂਸਰਾ ਇਹ ਆ ਆਪ ਦਾ ਇੰਟਰਨੈਸ਼ਨਲ ਮੌਦੇ ਦੁਆਰਾ ਸਾਈਨ ਕਰਨ ਤੇ ਚਨਾਬ ਦੇ ਉੱਤੇ ਚੰਦਰਾ ਤੇ ਭਾਗਾ ਦੇ ਉੱਤੇ ਡੈਮਸ ਲਗਾ ਕੇ ਪਾਣੀ ਨੂੰ ਟਨਲ ਨਾਲ ਨਾਲ ਰਾਵੀ ਚ ਲਿਓ ਤੇ ਉਹ ਪਾਣੀ ਆਪਾਂ ਦੇ ਦਈਏ ਕਿਉਂਕਿ ਉਹ ਇਹਨਾਂ ਨੇ ਲਿਆ ਆਪਦਾ ਉਹਨਾਂ ਨੂੰ ਦੇ ਦੇਣ ਆਪਾਂ ਉਹ ਆਪਦਾ ਹਿਸਾਬ ਕਰ ਲੈਣ ਪੰਜਾਬ ਸਿਰਫ ਉਹਦੀ ਇੱਕ ਟਰਾਂਜ਼ਿਟ ਪਾਈਪਲਾਈਨ ਹੀ ਹੋਊਗਾ ਸੋ ਇਹ ਦੋ ਸੋਲਿਊਸ਼ਨਸ ਹੈਗੇ ਆ ਇਹ ਬਿਲਕੁਲ ਐ ਲੜਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਹ ਕਹੇਗਾ ਕਿ ਨਹੀਂ ਜੀ ਉਹਨਾਂ ਦਾ ਬੰਦ ਕਰ ਦਿਓ ਸਾਨੂੰ ਤਾਂ ਸਾਡਾ ਦੇ ਦਿਓ ਉਹ ਡਾਇਲੌਗ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਹਾਨੂੰ ਕਿਉਂ ਰੀਅਲਿਸਟਿਕ ਸੋਲਿਊਸ਼ਨਸ ਕੱਢਣੇ ਪੈਣੇ ਆ ਨਾ ਕਿ ਤੁਹਾਨੂੰ ਇੱਕ ਲੜਾਈ ਲੜਨੀ ਪੈਣੀ ਹੈ ਸਿੱਧੀ ਤਾਂ ਕਨਫਰੋਂਟੇਸ਼ਨ ਨਹੀਂ ਤੁਸੀਂ ਕਰ ਸਕਦੇ ਸੋ ਇਹ ਮੇਰੇ ਹਿਸਾਬ ਨਾਲ ਇਹ ਹੈ ਕਿ ਸਾਨੂੰ ਪਹਿਲੀ ਜਿਹੜੀ ਸਿਵਲ ਸੁਸਾਇਟੀ ਨੂੰ ਜਾਂ ਜਿਹੜੇ ਲੋਕ ਆ ਉਹਨਾਂ ਨੂੰ ਇਹ ਵਿੱਡਣਾ ਚਾਹੀਦਾ ਕਿ ਵੀ ਪੰਜਾਬ ਦੀ ਵਿਧਾਨ ਸਭਾ ਤੇ ਪੰਜਾਬ ਦੇ ਲੋਕ ਤੇ ਪੰਜਾਬ ਦੇ ਵਕੀਲ ادارے ਸਾਰੇ ਪੰਜਾਬ ਦੇ ਪਾਣੀ ਨੂੰ ਪਹਿਲਾਂ ਪੰਜਾਬ ਦਾ ਕਹਿਣਾ ਸ਼ੁਰੂ ਕਰਨ। ਰਾਵੀ ਬਿਆਸ ਤੇ ਸਤਲੁਜ ਦਾ ਪਾਣੀ ਸਿਰਫ ਪੰਜਾਬ ਦਾ ਹੈ। ਉਹ ਆਪਾਂ ਕਿਹਨੂੰ ਦਿੰਨੇ ਆ ਕਿਵੇਂ ਦਿੰਨੇ ਆ ਕਿਵੇਂ ਵਰਤਿਓ ਬਾਅਦ ਸੈਕੰਡਰੀ ਗੱਲ ਹੈ। ਦੂਸਰੀ ਗੱਲ ਆ ਕਿ ਵੀ ਅਸੀਂ ਆ ਸੋਲੂਸ਼ਨਸ ਉਹਨਾਂ ਨੂੰ ਦੇਈਏ ਕਿ ਵੀ ਆ ਸੋਲੂਸ਼ਨਸ ਕਰੋ ਤੇ ਟਾਈਮ ਬਾਉਂਡ ਕੁਝ ਇੰਪਲੀਮੈਂਟ ਕਰੋ। ਤੀਸਰੀ ਗੱਲ ਜਿਹੜੀ ਇੱਕ ਹੁਣ ਆਪਾਂ ਆਮ ਸੁਣਦੇ ਆ ਉਹ ਆ ਇਹ ਪਾਣੀ ਜਿਹੜਾ ਹੈਗਾ ਇਹਦਾ ਮੁੱਲ ਲੈ ਲੋ ਬਈ ਆਪਾਂ ਰਾਜਸਥਾਨ ਨੂੰ ਪੈ ਨਹੀਂ ਦਿੰਦੇ ਆ ਭਾਈ ਪੈਸੇ ਲੈ ਲੋ ਇਹਦੇ ਆਪਣੇ ਤਾਂ ਪੈਸੇ ਬਣਦੇ ਆ ਬਹੁਤ ਸੋਹਣੀ ਗੱਲ ਆ ਲੱਗਦਾ ਹੈ ਕਿ ਵੀ ਪਤਾ ਨਹੀਂ ਕਿੰਨਾ ਕੁ ਪੈਸਾ ਆਯੂ ਕੀ ਆਯੂ ਪਹਿਲੀ ਗੱਲ ਤਾਂ ਜਿਹੜੇ ਵਸੀਲੇ ਹੈਗੇ ਆ ਉਹ ਪੈਸਿਆਂ ਦੀ ਟਰਮਸ 'ਚ ਕਦੀ ਨਹੀਂ ਤੋਲੇ ਜਾ ਸਕਦੇ ਅੱਜ ਤੋਂ 600 ਸਾਲ ਪਹਿਲਾਂ ਅਰਬ ਦੇਸ਼ਾਂ ਦੇ ਵਿੱਚ ਕਿੰਨਾ ਹੀ ਤੇਲ ਨਿਕਲਦਾ ਆਉਂਦਾ ਉਹ ਯੂਸਲੈਸ ਸੀਗਾ ਕੋਈ ਕੀਮਤ ਨਹੀਂ ਅੱਜ ਉਹ ਬਹੁਤ ਜ਼ਿਆਦਾ ਕੀਮਤੀ ਆ ਜੇ ਉਦੋਂ ਉਹ ਵਸੀਲੇ 300 400 ਸਾਲ ਪਹਿਲਾਂ ਉਹਦੇ ਵਸੀਲੇ ਵੇਚ ਬੈਠਦੇ ਤੇ ਅੱਜ ਕੀ ਹੋਣਾ ਸੀ ਤੇ ਹੋ ਸਕਦਾ 200 ਸਾਲ ਬਾਅਦ ਫੇਰ ਨਾ ਉਹਦੀ ਕੋਈ ਵੈਲਿਊ ਹੋਵੇ ਉਵੇਂ ਪਾਣੀ ਦੀ ਜਿਹੜੀ ਪੀਕ ਵੈਲਿਊ ਆ ਉਹ ਕਦੋਂ ਹੋਣੀ ਆ ਉਹ ਸਾਨੂੰ ਨਹੀਂ ਪਤਾ ਸੋ ਵਸੀਲੇ ਦਾ ਜੇ ਬਦਲਾਦਲਾ ਬਦਲਾ ਵੀ ਕਰਨਾ ਤਾਂ ਉਹ ਉਵੇਂ ਹੋਣਾ ਚਾਹੀਦਾ ਜਿਵੇਂ ਅਮਰੀਕਾ ਨੇ ਅਲਾਸਕਾ ਲਿਆ ਸੀ ਰੂਸ ਤੋਂ ਕਿ ਵੀ ਸਾਨੂੰ ਸਾਡੇ ਤੋਂ ਵਸੀਲਾ ਲੈਨੇ ਹੋ ਸਾਡੇ ਤੋਂ ਪਾਣੀ ਮੰਗਦੇ ਹੋ ਸਾਨੂੰ ਇਲਾਕਾ ਦੇ ਦਿਓ ਠੀਕ ਹੈ ਨਾ ਵੀ ਸਾਡੇ ਸਾਡੇ ਤੋਂ ਵਸੀਲਾ ਲੈਨੇ ਹੋ ਸਾਨੂੰ ਵਸੀਲਾ ਦੇ ਦਿਓ ਉਹਦੇ ਬਦਲੇ ਵਸੀਲੇ ਦੇ ਬਦਲੇ ਤੁਸੀਂ ਹਾਂ ਉਹਦੇ ਵਿੱਚ ਤੁਹਾਡੇ ਤੋਂ ਗਲਤੀ ਜਾਂ ਸਹੀ ਹੋ ਸਕਦਾ ਹੈ ਕੱਲ ਨੂੰ ਵਸੀਲਾ ਉਹ ਤੁਹਾਡੇ ਵਾਲਾ ਉਹਦਾ ਅਗਲੇ ਦਾ ਮਹਿੰਗਾ ਹੋ ਗਿਆ ਕਿਸੇ ਦਾ ਕੱਟ ਗਿਆ ਉਹ ਆਪਾਂ ਨਹੀਂ ਕਹਿ ਸਕਦੇ ਬਟ ਵਸੀਲੇ ਦੇ ਬਦਲੇ ਤੁਸੀਂ ਬਾਟਰ ਵਸੀਲੇ ਦਾ ਕਰੋਗੇ ਨਾ ਕਿ ਕਿਸੇ ਦੁਨਿਆਵੀ ਬੰਦੇ ਦੀ ਬਣਾਈ ਪੈਸੇ ਦਾ ਦੂਸਰੀ ਗੱਲ ਇਹ ਆ ਕਿ ਇਸ ਤੱਤ ਨੂੰ ਵੀ ਬਹੁਤ ਚੰਗੀ ਤਰ੍ਹਾਂ ਵੇਖੋ ਪੈਸਾ ਪਾਣੀ ਬਦਲੇ ਪੈਸਾ ਬਹੁਤ ਦੇਸ਼ਾਂ ਦੇ ਵਿੱਚ ਸਿਸਟਮ ਚੱਲਦਾ ਹੈ ਯੂ ਐਸ ਐਚ ਵੀ ਹੈਗਾ ਆਸਟ੍ਰੇਲੀਆ ਬਹੁਤ ਹੀ ਅੱਗੇ ਆ ਦੇ ਵਿੱਚ ਤੁਸੀਂ ਫਾਰਮਰਸ ਨੂੰ ਪਾਣੀ ਪਾਣੀ ਖਰੀਦੋ ਫਰੋਖਤ ਹੁੰਦੀ ਆ ਆਪਣੇ ਵੀ ਜ਼ਿੰਮੇਦਾਰਾਂ ਦੇ ਹੁੰਦੇ ਰਾਜਸਥਾਨ ਤਾਂ ਆਮ ਹੀ ਪਾਣੀ ਦੀ ਫਰੀਦੋ ਫਰੋਕਤ ਹੁੰਦੀ ਸੀ ਛੋਟੇ ਲੈਵਲ ਤੇ ਬਟ ਉਹ ਫਾਰਮਲ ਨਹੀਂ ਸੀਗੀ ਪਰ ਉੱਥੇ ਕੰਟਰੀਜ਼ ਨੇ ਫਾਰਮਲਾਈਜ਼ ਕੀਤੀ ਵੀ ਆ ਤੇ ਉਹਦੇ ਵਿੱਚ ਚੰਗੇ ਐਕਸਪੈਰੀਮੈਂਟਸ ਵੀ ਬਹੁਤ ਹੋਏ ਆ ਮਾੜੇ ਐਕਸਪੈਰੀਮੈਂਟਸ ਵੀ ਬਹੁਤ ਹੋਏ ਆ ਚਿੱਲੀ ਦੇ ਵਿੱਚ ਬਹੁਤ ਡਿਜ਼ਾਸਟਰ ਹੋਇਆ ਮਤਲਬ ਭਿਆਨਕ ਕਾਲ ਆ ਗਿਆ ਪਰ ਮੋਟਾ ਮੋਟਾ ਇਹ ਕਿਹਾ ਜਾਂਦਾ ਕਿ ਜਦੋਂ ਪਾਣੀ ਦੀ ਤੁਸੀਂ ਵੈਲਿਊ ਮਿੱਥ ਕੇ ਤੇ ਪਾਣੀ ਨੂੰ ਟ੍ਰੇਡ ਕਰਨ ਲੱਗ ਜਓਗੇ ਤਾਂ ਉਹਦੇ ਨਾਲ ਪਾਣੀ ਦੀ ਇੱਕ ਤਾਂ ਐਫੀਸ਼ੀਐਂਟ ਯੂਜ਼ ਹੋ ਜਾਂਦਾ ਹੈ ਸੈਕੰਡ ਪਾਣੀ ਨਾਲ ਪਾਣੀ ਦੀ ਤੁਸੀਂ ਕੁਛ ਨਾ ਕੁਛ ਤੁਹਾਡੇ ਕੋਲ ਆ ਜਾਂਦਾ ਪਰ ਜ ਫੇਰ ਤੁਸੀਂ ਪਾਣੀ ਰਾਜਸਥਾਨ ਨੂੰ ਬਿੱਲ ਕਿਉਂ ਭੇਜੋ ਫੇਰ ਤਾਂ ਦਿੱਲੀ ਵਾਲਿਆਂ ਨੂੰ ਦਿਓ ਤੇ ਵੱਧ ਪੈਸਾ ਲਓ ਕਿਉਂਕਿ ਅਰਬਨ ਅਰਬਨ ਸਿਟੀ ਤੁਹਾਨੂੰ ਜ਼ਿਆਦਾ ਪੈਸਾ ਦੇਊਗੀ 10 ਟਾਈਮਜ਼ ਜ਼ਿਆਦਾ ਪੈਸਾ ਹੋ ਸਕਦਾ ਤੁਸੀਂ 1 ਮਿਲੀਅਨ ਏਕੜ ਫੁੱਟ ਚੰਗਾ ਕੁਆਲਿਟੀ ਪਾਣੀ ਵੇਚ ਕੇ ਮੱਚ ਬੈਟਰ ਅਰਨ ਕਰ ਸਕੋ ਹੁਣ ਜਿਵੇਂ ਟੈਕਸਟਾਈਲ ਯੂਨਿਟਸ ਐ ਇੱਥੇ ਲਾਉਣ ਦੀ ਬਜਾਏ ਤੁਸੀਂ ਡੀਲ ਕਰ ਲਓ ਕਿ ਵੀ ਅਸੀਂ ਤੁਹਾਨੂੰ ਪਾਣੀ ਦੇ ਦਾਂਗੇ ਰਾਜਸਥਾਨ ਚ ਨਹਿਰ ਦੇ ਕੇ ਵੀ ਸਾਨੂੰ ਦੱਸੋ ਕੀ ਦਿੰਨੇ ਉਹਦੇ ਵਟ ਤੇ ਜਿੰਨਾ ਰੈਵਨਿਊ ਤੁਸੀਂ ਟੈਕਸਟਾਈਲ ਨੂੰ ਲਿਆ ਕੇ ਇੱਥੇ ਲੈਣਾ ਉਹਨਾਂ ਰੈਵਨਿਊ ਪਾਣੀ ਚੋਂ ਲੈ ਲਓ ਸੋ ਬ ਇਹ ਲਾਸਟ ਰਿਜ਼ੋਰਟ ਹੋਣਾ ਚਾਹੀਦਾ ਕਿਉਂਕਿ ਕਿਸੇ ਤਰੀਕੇ ਦੀ ਵੀ ਜਿਹੜੀ ਪੂੰਜੀਵਾਦੀ ਟਰਾਂਜੈਕਸ਼ਨਾਂ ਆ ਵਸੀਲਿਆਂ ਦੀ ਉਹ ਆਮ ਵੇਖਿਆ ਗਿਆ ਕਿ ਅਗਾ ਕੌਮਾਂਾਸਤੇ ਬਹੁਤ ਨੁਕਸਾਨਦੇ ਹੋ ਜਾਂਦੀਆਂ ਕਿ ਇਹ ਆਪਾਂ ਅੱਜ ਦੇ ਪਰ ਇਸ ਕਰਕੇ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਕਹਿੰਨੇ ਕਿ ਪਾਣੀ ਦਾ ਬਿੱਲ ਭੇਜ ਦੋ ਪਾਣੀ ਦਾ ਪੈਸਾ ਲੈ ਲਓ ਕਿਉਂਕਿ ਜਦੋਂ ਅਸੀਂ ਪੈਸਾ ਲੈ ਲਿਆ ਤਾਂ ਅਸੀਂ ਪਰਮਨੈਂਟ ਸਟੈਂਪ ਲਾਤੀ ਅਗਲੇ ਨੂੰ ਹਮੇਸ਼ਾ ਵਾਸਤੇ ਉਸ ਵਸੀਲੇ ਤੇ ਹੱਕ ਦੀ ਉਹ ਵਸੀਲਾ ਜਿਹੜਾ ਕੁਦਰਤੀ ਆ ਉਹ ਦਰਿਆਵਾਂ 'ਚ ਹੀ ਵਗਣਾ ਚਾਹੀਦਾ ਇਹ ਡੈਮ ਅੱਜ ਹੈਗੇ ਆ ਕੱਲ ਨੂੰ ਇਹਨਾਂ ਨੂੰ ਤੋੜਨਾ ਪੈਣਾ ਹੀ ਪੈਣਾ ਹੈ ਇਹ ਧਰਤੀ ਨੇ ਪਾਣੀ ਆ ਹੀ ਵਗਣਾ ਕੁਦਰਤ ਨੂੰ ਆ ਹੀ ਵਗਣ ਦੋ ਜਿਹੜੀ ਧਰਤੀ ਕੁਦਰਤ ਨੇ ਰੇਗਿਸਤਾਨ ਬਣਾਈ ਆ ਉਹ ਰੇਗਿਸਤਾਨ ਹੀ ਹੋਣੀ ਚਾਹੀਦੀ ਆ ਜਿਹੜੀ ਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜਿਹੜੀ ਤੀਸਰੀ ਗੱਲ ਤੇ ਮੈਂ ਕਾਉਂਸ਼ਨ ਕਰਨਾ ਚਾਹੁੰਦਾ ਉਹ ਇਹ ਆ ਤੇ ਬੜੀ ਇੰਪੋਰਟੈਂਟ ਆ ਉਹ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹ ਬਾਹਰ ਤਾਂ ਜਾ ਹੀ ਰਿਹਾ ਪਰ ਦਵਾਬੇ ਤੇ ਮਾਝੇ ਦੀ ਧਰਤੀ ਚ ਜਿੱਥੇ ਉਹਦਾ ਅਸਲ ਹੱਕਦਾਰ ਲੋਕ ਹੈਗੇ ਆ ਉਹ ਪਾਣੀ ਕੱਢ ਕੇ ਅਸੀਂ ਮਾਲਵੇ ਨੂੰ ਵੀ ਬੋਤ ਲੈਦੇ ਮਾਲਵੇ ਨੂੰ ਰਾਜਸਥਾਨ ਨੂੰ ਹਰਿਆਣੇ ਨੂੰ ਵੰਡਦਾ ਤਾਂ ਅਸੀਂ ਆਪਦੀ ਨੇਚਰਲ ਧਰਤੀ ਹੈ ਜਿਹੜੀ ਮਾਝਾ ਤੇ ਦਬਾਬਾ ਸਾਡੀ ਜ਼ਰਖੇਸ ਧਰਤੀਆਂ ਸੀ ਉੱਥੇ ਅਸੀਂ ਐਕਫੀਵਰਜ਼ ਵੀ ਬੰਦ ਕਰਤੇ ਚੋ ਤੇ ਇਹ ਵੀ ਬੰਦ ਕਰਤੀ ਪਾਣੀ ਵੀ ਬੰਦ ਕਰਤਾ ਪਾਣੀ ਸਾਰਾ ਇਧਰ ਡਾਇਵਰਟ ਕਰਤਾ ਤਾਂ ਉਹਦਾ ਵੀ ਧਿਆਨ ਰੱਖਣ ਦੀ ਲੋੜ ਆ ਉੱਥੇ ਵੀ ਲੋੜਿੰਦਾ ਪਾਣੀ ਨਹਿਰੀ ਪਾਣੀ ਦੇਣਾ ਚਾਹੀਦਾ ਤੇ ਇਹ ਮੇਰੇ ਸੁਝਾ ਹੈ ਤੇ ਹੋਰ ਵੀ ਇਹਦੇ ਤੇ ਵਿਚਾਰ ਚਰਚਾ ਹੋ ਸਕਦੀ ਆ ਸਾਨੂੰ ਐਕਟਿਵ ਹੋਣ ਦੀ ਵੀ ਲੋੜ ਆ ਥੋੜੀ ਜਿਹੀ ਹਿਸਟਰੀ ਤੁਹਾਨੂੰ ਤਾਂ ਸ਼ੇਅਰ ਕੀਤੀ ਤਾਂਕਿ ਤੁਹਾਨੂੰ ਥੋੜਾ ਜਾਇ ਪਤਾ ਲੱਗੇ ਕਿ ਇਹ ਸਾਰੀ ਬਸਤੀਵਾਦੀ ਲੁੱਟ ਆ ਇੱਕ ਤਰ੍ਹਾਂ ਦੀ ਜਿਵੇਂ ਅਰਾਲ ਸੀ ਦੀ ਬਾਈ ਹੋਰਾਂ ਨੇ ਗੱਲ ਕੀਤੀ ਅਰਾਲ ਸੀ ਤਬਾਹ ਹੋਣ ਦਾ ਕਾਰਨ ਮੁੱਖ ਇਹ ਸੀਗਾ ਕਿ ਰੂਸ ਦੀਆਂ ਮਿਲਾਂ ਨੂੰ ਨਰਮਾ ਚਾਹੀਦਾ ਸੀਗਾ ਤੇ ਆਮੂ ਦਰਿਆ ਤੇ ਸੀਰ ਦਰਿਆ ਦੇ ਵਿੱਚ ਇੰਨੇ ਵੱਡੇ ਵੱਡੇ ਡਾਇਵਰਸ਼ਨਸ ਤੇ ਇਨੀਆਂ ਕਨਾਲਸ ਬਣਾ ਦਿੱਤੀਆਂ ਗਈਆਂ ਕਿ ਉੱਥੇ ਪਾਣੀ ਜਾਣਾ ਹੀ ਬੰਦ ਹੋ ਗਿਆ ਤੇ ਜਿਹੜਾ ਪਾਣੀ ਉੱਥੇ ਰਹਿ ਗਿਆ ਉਹ ਹੋਰ ਸੌਲਟਿਸ਼ ਹੁੰਦਾ ਗਿਆ ਤੇ ਉਹ ਦਰਿਆ ਖਤ ਉਹ ਸਮੁੰਦਰ ਹੀ ਖਤਮ ਹੋ ਗਿਆ ਤਾਂ ਅਸੀਂ ਕਿਤੇ ਉਸ ਥਾਂ ਤੇ ਨਾ ਪਹੁੰਚ ਜਾਈਏ ਕਿ ਅਸੀਂ ਲਾਲਚ ਚ ਤੇ ਨਾ ਕੁਛ ਕਰਨ ਦੇ ਹੋੜ ਦੇ ਵਿੱਚ ਜਾਂ ਨਾ ਐਕਟਿਵ ਹੋਣ ਦੇ ਚੱਕਰ ਦੇ ਵਿੱਚ ਅਸੀਂ ਇਸ ਸੋਹਣੀ ਹਰੀ-ਭਰੀ ਧਰਤੀ ਨੂੰ ਇੱਕ ਰੇਗਿਸਤਾਨ ਬਣਾ ਕੇ ਦੇ ਜੀ ਆਪਦੇ ਬੱਚਾ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਹ ਉਖੜਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਇਸਵੀ ਤਾਰੀਖ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ ਹਾਂ ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾ ਦਾ ਦਿਨ ਦੀਵੇਂ ਹਨੇਰ ਪੈ ਗਿਆ ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਘਰੀ ਉਸ ਰਾਤ ਕਿਉਂ ਦੀਆਂ ਜੋਤਾਂ ਜਗੀਆਂ